ਸਰੋਤਿਆਂ ਨੂੰ ਸਾਰੇ ਦਰਸ਼ਕਾਂ ਨੂੰ ਮੇਰੇ ਯਾਨੀ ਪ੍ਰੀਤੋ ਸਾਹਨੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਖੈਰ ਮਕਦਮ ਤੇ ਇਸਤਕਬਾਲ ਅਸੀਂ ਮੈਂ ਜਦੋਂ ਇੱਥੇ ਆ ਕੇ ਬੈਠੀ ਹਾਂ ਤੇ ਮੈਨੂੰ ਸ਼ੇਖਰ ਨੇ ਕਿਹਾ ਕਿ ਨਾ ਇਹ ਸ਼ੋਅ ਮੈਂ ਹੁਣ ਹੋਸਟ ਕਿਵੇਂ ਕਰਾਂਗਾ ਤੁਸੀਂ ਖੁਦ ਹੀ ਹੋਸਟ ਕਰ ਲਓਗੇ ਤੁਹਾਨੂੰ ਪਤਾ ਲੇਕਿਨ ਨਹੀਂ ਵੀ ਦੇਖੋ ਅੱਜ ਤੇ ਮੈਂ ਐਜ਼ ਐਨ ਆਰਟਿਸਟ ਆਈ ਹਾਂ ਅੱਜ ਮੈਂ ਹੋਸਟ ਨਹੀਂ ਕਰਨਾ ਤੁਸੀਂ ਸਵਾਲ ਪੁੱਛੋ ਤੇ ਮੈਂ ਜਵਾਬ ਦਿਆਂਗੀ ਕੀ ਬਾਤ ਹੈ ਕੀ ਬਾਤ ਹੈ ਮੈਂ ਸੋਚ ਰਿਹਾ ਸੀ ਅੱਜ ਮੇਰਾ ਇੰਟਰਵਿਊ ਹੋਣ ਵਾਲਾ ਔਰ ਨਾਲ ਹੀ ਜਿੰਨੇ ਵੀ ਦਰਸ਼ਕ ਅੱਜ ਇਸ ਸ਼ੋਅ ਦੇ ਜ਼ਰੀਏ ਸਾਡੇ ਨਾਲ ਰਾਬਤਾ ਕਾਇਮ ਕਰਨਗੇ ਮੈਂ ਸਾਰਿਆਂ ਨੂੰ ਇਹੀ ਗੁਜ਼ਾਰਿਸ਼ ਕਰਨਾ ਚਾਹਾਂਗੀ ਕਿ ਘੱਟ ਸਵਾਲ ਮੈਨੂੰ ਕਰਿਓ ਉਹਨਾਂ ਨੂੰ ਵੱਧ ਸਵਾਲ ਕਰਿਓ ਓ ਮਾਈ ਗੋਡ ਅੱਛਾ ਇਹ ਮੇਰੀ ਇੱਛਾ ਪੂਰੀ ਕਰਨਾ ਚਾਹੁੰਦੇ ਨੇ ਵੈਲ ਥੈਂਕ ਯੂ ਸੋ ਮੱਚ ਤੇ ਤੁਸੀਂ ਜਦੋਂ ਮਤਲਬ ਉਹ ਬੋਲ ਰਹੇ ਸੀ ਨਾ ਵੀ ਸਤਿ ਸ਼੍ਰੀ ਅਕਾਲ ਆਦਾਬ ਉਹ ਤੋਂ ਅੱਗੇ ਪਤਾ ਨਹੀਂ ਤੁਸੀਂ ਕਾਫੀ ਕੁਝ ਕਿਹਾ ਨਮਸਕਾਰ ਖੈਰ ਮਖਦਮ ਇਸਤਕਬਾਲ ਕਿਆ ਇਹਨੇ ਭਾਰੀ ਭਾਰੀ ਵਰਡ ਕਿੱਥੋਂ ਲੈ ਕੇ ਆਉਂਦੇ ਹੋ ਇਹ ਭਾਰੀ ਭਾਰੀ ਵਰਡ ਮੈਨੂੰ ਲੱਗਦਾ ਮੇਰੀ ਆਦਤ ਬਣ ਚੁੱਕੀ ਹੈ ਹੁਣ ਮੈਨੂੰ ਹਲਕੇ ਵਰਡਸ ਬੋਲਣ ਦੇ ਵਿੱਚ ਨਾ ਸਵਾਦ ਜਿਹਾ ਨਹੀਂ ਆਉਂਦਾ ਸੋ ਇਸੇ ਲਈ ਤੁਸੀਂ ਹਮੇਸ਼ਾ ਇੰਸਪੀਰੇਸ਼ਨ ਬਣੇ ਰਹੇ ਹੋ ਤੁਹਾਨੂੰ ਦੇਖ ਕੇ ਬਹੁਤ ਕੁਝ ਸਿੱਖਿਆ ਮੈਂ ਖੁਦ ਬਹੁਤ ਸਿੱਖਿਆ ਤੁਹਾਨੂੰ ਸੁਣ ਕੇ ਦੇਖ ਕੇ ਤੇ ਇਸੇ ਤਰੀਕੇ ਨਾਲ ਸ਼ਾਈਨ ਕਰਦੇ ਰਹੋ ਤੁਸੀਂ ਹਨਾ ਤੇ ਐਗਜੈਕਟਲੀ ਕਹਿ ਰਹੇ ਹੋ ਤਾਂ ਹੀ ਕਹਿ ਰਹੇ ਇਸੇ ਤਰੀਕੇ ਨਾਲ ਸ਼ਾਈਨ ਕਰਦੇ ਹੋ ਤੇ ਅੱਜ ਮੈਂ ਬਹੁਤ ਖੁਸ਼ ਹਾਂ ਹਨਾ ਪ੍ਰੀਤੋ ਜੀ ਇੱਥੇ ਹੈਗੇ ਨੇ ਤੇ ਇਹਨਾਂ ਦੇ ਬਹੁਤ ਸਾਰੇ ਹੋਰ ਵੀ ਨਾਮ ਨੇ ਜਿਵੇਂ ਪ੍ਰੀਤੋ ਟੌਪ 10 ਇਹਨਾਂ ਦਾ ਜਿਹੜਾ ਇੰਨਾ ਕੁ ਜ਼ਿਆਦਾ ਮਕਬੂਲ ਹੋਇਆ ਸੀ ਦੇਖੋ ਮੇਰੇ ਕੋਲ ਵੀ ਹੈਗੇ ਕੁਝ ਮਕਬੂਲ ਹੋਇਆ ਸੀਗਾ ਤੇ ਮਤਲਬ ਇਹਨਾਂ ਦਾ ਨਾਮ ਜਿਹੜਾ ਹੈਗਾ ਉਹ ਪ੍ਰੀਤੋ ਸਭ ਨੇ ਬਹੁਤ ਪਸੰਦ ਕੀਤਾ ਇਸ ਤੋਂ ਇਲਾਵਾ ਗੁਲਾਬੋ ਗੱਲਾਂ ਵਿਦ ਗੁਲਾਬੋ ਵੀ ਪ੍ਰੋਗਰਾਮ ਸੀਗਾ ਇਸ ਤੋਂ ਇਲਾਵਾ ਫਿਲਮਾਂ ਦੇ ਵਿੱਚ ਵੀ ਤੁਸੀਂ ਦੇਖ ਚੁੱਕੇ ਹੋ ਕੈਰੀ ਔਨ ਜੱਟਾ ਬਲਾਸਟ ਇਟ ਸੀ ਉਸ ਤੋਂ ਇਲਾਵਾ ਅਬੁਰਰਾ ਦੇ ਵਿੱਚ ਤਾਂ ਤੁਸੀਂ ਮਤਲਬ ਜਿਹੜਾ ਉਹ ਪ੍ਰੋਫੈਸਰ ਵਾਲਾ ਬੱਚਿਆਂ ਨੂੰ ਪੜ੍ਹਾ ਰਹੀ ਸੀ ਉਸ ਟਾਈਮ ਸਕੂਲ ਉਹਦੇ ਮੇਰਾ ਸਿਰਫ ਇੱਕੋ ਟੀਚਰ ਸੀ ਬੱਚਿਆਂ ਨੂੰ ਪੜ੍ਹਾਉਣਾ ਮੇਰਾ ਪੜ੍ਹਦਾ ਤੁਹਾਡੇ ਕੋਲ ਕੋਈ ਨਹੀਂ ਸੀ ਪੜ੍ਹਦਾ ਕੋਈ ਨਹੀਂ ਸੀ ਸਭ ਮੈਨੂੰ ਪੜ੍ਹਨੇ ਪਾਉਣ ਵਾਲੇ ਬੱਚੇ ਸੀਗੇ ਮੇਰੇ ਸਟੂਡੈਂਟਸ ਬੜੇ ਸ਼ਰਾਰਤੀ ਸੀ ਅਮੇਜ਼ਿੰਗ ਬਹੁਤ ਅੱਛੀ ਜਰਨੀ ਰਹੀ ਹੈ ਤੁਹਾਡੀ ਐਂਡ ਥਿਸ ਇਜ਼ ਅਮੇਜ਼ਿੰਗ ਸੋ ਅਗਰ ਅਸੀਂ ਸਟਾਰਟਿੰਗ ਦੀ ਗੱਲ ਕਰੀਏ ਸੋ ਜਿੰਨਾ ਕੁ ਮੈਨੂੰ ਪਤਾ ਤੁਸੀਂ ਪਟਿਆਲੇ ਤੋਂ ਬਿਗ 92.7 ਐਫਐਮ ਦੇ ਨਾਲ ਐਜ਼ ਐਨ ਆਰਜੇ ਸਟਾਰਟ ਕੀਤਾ ਨਹੀਂ 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 ਮੈਂ ਦੱਸਣਾ ਚਾਹਾਂਗੀ ਇੱਥੇ ਸਾਰੇ ਦਰਸ਼ਕਾਂ ਨੂੰ ਤੁਹਾਨੂੰ ਵੀ ਕਿ ਮੈਂ 9th ਕਲਾਸ ਦੇ ਵਿੱਚ ਉਦੋਂ ਪੜ੍ਹਦੀ ਹੁੰਦੀ ਸੀ ਤੇ ਕੇਬਲਸ ਦਾ ਦੌਰ ਸ਼ੁਰੂ ਹੋਇਆ ਸੀ ਉਦੋਂ ਓਕੇ ਆਲਰਾਈਟ ਉਦੋਂ ਜਿਹੜੇ ਹਨੀ ਸਿੰਘ ਸਿੰਗਰ ਹੈਗੇ ਉਹਨਾਂ ਦੇ ਨੂੰ ਮੈਨੇਜ ਕਰਦੇ ਹੁੰਦੇ ਸੀ ਅਨੂਪ ਕੁਮਾਰ ਜੀ ਅਨੂਪ ਰਾਸ਼ਰ ਜੀ ਤੇ ਹੁਣ ਵੀ ਇੱਕ ਆਪਣੀ ਕੰਪਨੀ ਲੇਟੈਸਟ ਰਨ ਕਰ ਰਹੇ ਇਸ ਵਕਤ ਵੀ ਉਹਨਾਂ ਦੇ ਚੈਨਲ ਤੋਂ ਮੈਂ ਆਪਣੇ ਕੇਬਲ ਤੋਂ ਮੈਂ ਸ਼ੁਰੂਆਤ ਕੀਤੀ ਸੀ ਮੈਂ ਖਬਰਾਂ ਪੜ੍ਹਦੀ ਹੁੰਦੀ ਸੀ ਤੇ ਉਦੋਂ ਹੁੰਦਾ ਸੀ ਮੇਰੀ ਮੋਟੀ ਮੋਟੀ ਆਈਬ੍ਰੋਜ਼ ਹੁੰਦੀਆਂ ਸੀ ਇੱਥੇ ਹਲਕੀਆਂ ਹਲਕੀਆਂ ਮੁੱਛਾਂ ਵੀ ਹੁੰਦੀਆਂ ਸੀ ਤੇ ਮੈਂ ਸੁੱਕੀ ਵੀ ਹੁੰਦੀ ਸੀ ਔਰ ਜਦੋਂ ਮੈਂ ਬਿਲਕੁਲ ਪਹਿਲੀ ਵਾਰ ਉੱਥੇ ਗਈ ਤੇ ਸਿੱਧਾ ਜਾਂਦੇ ਸਾਰ ਬੈਠ ਕੇ ਦੋ ਕਰੇਲੇ ਵੀ ਕੀਤੇ ਹੋਏ ਸਕੂਲ ਬੈਗ ਚੱਕਿਆ ਹੋਇਆ ਸਕੂਲ ਬੰਕ ਕਰਕੇ ਆਪਾਂ ਪਹੁੰਚ ਕੇ ਜਾ ਕੇ ਬੈਠੀ 10 ਵਜੇ ਤੱਕ ਵੇਟ ਕੀਤਾ ਜਿੱਦਾਂ ਹੀ ਅਨੂਪ ਜੀ ਔਰ ਕੁਲਵੰਤ ਗਿੱਲ ਜੀ ਹੁੰਦੇ ਸੀ ਤੇ ਉਹ ਆਏ ਥੇ ਮੈਂ ਕਿਹਾ ਕਿ ਸਰ ਜੀ ਆਪਕੀ ਉਹ ਨਾ ਟੀਵੀ ਪੇ ਐਡ ਆ ਰਹੀ ਸੀ ਹਮ ਨਿਊਜ਼ ਰੀਡਰ ਬਣਨੇ ਆਇਆ ਤੇ ਦੇ ਵਰ ਲਾਈਕ ਇੰਨੀ ਛੋਟੀ ਉਮਰ ਦੀ ਆਈਬ੍ਰੋਜ਼ ਨਹੀਂ ਔਰ ਅਜੀਬ ਜਿਹਾ ਕੀ ਹੈ ਇਹ ਤੇ ਉਹ ਮੈਨੂੰ ਕਹਿੰਦੇ ਬੇਟਾ ਅਭੀ ਆਪ ਨਾ ਬਹੁਤ ਛੋਟੇ ਹੋ ਤਾਂ ਤੁਸੀਂ ਨਾ ਕਹਿੰਦੇ ਬਾਅਦ ਚ ਆਇਓ ਮੈਂ ਬੜੀ ਦਿਲ ਤੇ ਲਾ ਲਈ ਗੱਲ ਮੈਂ ਕਿਹਾ ਇੱਦਾਂ ਕਿੱਦਾਂ ਬਾਅਦ ਚ ਆਇਓ ਆਪਣੇ ਕੋਲ ਉਹੀ ਸੀਗੇ 5 ਰੁਪਏ ਉਦੋਂ ਆਟੋ ਦਾ ਕਿਰਾਇਆ ਮਿਲਦਾ ਹੁੰਦਾ ਸੀ ਉਹ 5 ਰੁਪਏ ਲਿੱਤੇ ਪਾਰਲਰ ਪਹੁੰਚੀ ਥਰੈਡਿੰਗ ਕਰਵਾਈ ਬਿੰਦੀ ਜੀ ਲਗਾਈ ਲਿਪਸਟਿਕ ਕਿਤਰੋਂ ਮੰਗ ਮੁੰਗ ਕੇ ਲਗਾ ਲਗੂ ਕੇ ਵਾਪਸ ਵਾਲ ਵੁਲ ਖੁੱਲੇ ਛੋੜ ਕੇ ਫੇਰ ਆ ਗਈ ਜੀ ਚੈਨਲ ਦੇ ਵਿੱਚ ਸਰ ਅਬ ਤੋਂ ਮੈਂ ਬੜੀ ਲੱਗ ਰਹੀ ਹਾਂ ਤੇ ਸੇਮ ਮੇਰੇ ਵਾਸਤੇ ਸਭ ਤੋਂ ਖਾਸ ਗੱਲ ਕੀ ਸੀਗੀ ਕਿ ਉਸੇ ਚੈਨਲ ਤੇ ਏਸ਼ੀਅਨ ਚੈਨਲ ਹੁੰਦਾ ਸੀਗਾ ਬਹੁਤ ਸਾਲ ਪਹਿਲਾਂ 9ਵੀਂ ਕਲਾਸ ਤੁਸੀਂ ਲਗਾ ਲਓ ਬਹੁਤ ਟਾਈਮ ਹੋ ਚੁੱਕਿਆ ਹੁਣ ਇਸ ਗੱਲ ਨੂੰ ਤੇ ਉਸੇ ਚੈਨਲ ਦਾ ਦੱਸਣਾ ਨਹੀਂ ਤਾਂ ਲੋਕੀ ਹਿਸਾਬ ਲਾਉਣਾ ਸ਼ੁਰੂ ਕਰ ਲੈਣਗੇ ਟੈਨਸ਼ਨ ਨਾ ਲਓ ਮੈਂ ਉਮਰ ਨਹੀਂ ਦੱਸਾਂਗੀ ਮੈਂ 10 ਵੀ ਦਵਾਂਗੀ ਮੈਨੂੰ ਫਰਕ ਕੋਈ ਨਹੀਂ ਪੈਂਦਾ ਤੇ ਉਸੇ ਚੈਨਲ ਦਾ ਮੈਂ ਲਾਈਵ ਜਿਹੜਾ ਪ੍ਰੋਗਰਾਮ ਸੀ ਲਾਈਵ ਨਿਊਜ਼ ਜਿਹੜੀਆਂ ਸੀਗੀਆਂ ਸੇਮ ਡੇ ਮੈਂ ਪੜੀਆਂ ਸੀ ਮੈਂ ਉਸੇ ਦਿਨ ਸਿਲੈਕਟ ਹੋ ਗਈ ਸੀ ਅਮੇਜ਼ਿੰਗ ਕੀ ਬਾਤ ਹੈ ਮਤਲਬ ਨੋ ਟ੍ਰੇਨਿੰਗ ਨੋ ਐਕਸਰਸਾਈਜ਼ਸ ਨਹੀਂ ਸਿੱਧਾ ਫੇਰ ਉਸ ਤੋਂ ਬਾਅਦ ਮੇਰੀ ਜਰਨੀ ਜਦੋਂ ਸਟਾਰਟ ਹੋਈ ਹੈ 9ਵੀਂ ਕਲਾਸ ਤੋਂ ਸਟਾਰਟ ਹੋਈ ਫਿਰ ਹੌਲੀ ਹੌਲੀ ਮੈਂ ਸਿਟੀ ਕੇਬਲਸ ਦੇ ਵੱਲ ਚਲੀ ਗਈ ਮੈਂ ਉੱਥੇ ਮੈਨੂੰ ਲੱਗਾ ਸੀ ਹੁਣ ਮੇਰੀ ਥੋੜੀ ਪ੍ਰੋਮੋਸ਼ਨ ਹੋ ਗਈ ਹੈ ਕਿਉਂਕਿ 100 ਰੁਪਏ ਮਿਲਦੇ ਹੁੰਦੇ ਸੀ ਇੱਕ ਨਿਊਜ਼ ਪੜਨ ਦੇ ਮੁੜ ਕੇ ਫਿਰ ਆਪਾਂ 200 ਤੇ ਆ ਗਏ ਮੈਂ ਉਸ ਦੌਰ ਚ ਕੰਮ ਸ਼ੁਰੂ ਕੀਤਾ ਜਦੋਂ 100 ਤੇ 200 ਰੁਪਏ ਵੀ ਕਮਾਈ ਕੀਤੀ ਜਾਂਦੀ ਸੀ ਤੇ ਉਹ ਤੋਂ ਬਾਅਦ ਸਿਟੀ ਕੇਬਲਸ ਤੇ ਕੰਮ ਕਰਕੇ ਫਿਰ ਮੈਂ ਲੋਕਲ ਕੇਬਲ ਜਿੰਨੇ ਵੀ ਸੇਫ ਪ੍ਰਾਈਮ ਕੇਬਲਸ ਹੁੰਦੇ ਸੀਗੇ ਮੈਂ ਉੱਥੇ ਕੰਮ ਕੀਤਾ ਫਿਰ ਮੈਂ NRI ਚੈਨਲ ਪਟਿਆਲੇ ਸੀਗਾ MLA ਸੁਰਜੀਤ ਸਿੰਘ ਰਖੜਾ ਜੀ ਉਹਨਾਂ ਦਾ ਚੈਨਲ ਸੀਗਾ ਚਰਨਜੀਤ ਜੀ ਦਾ ਤੇ ਮੈਂ ਪਟਿਆਲੇ ਸ਼ਿਫਟ ਹੋਈ ਉੱਥੇ ਮੈਨੂੰ ਐਂਕਰ ਬਣਨ ਦਾ ਮੌਕਾ ਮਿਲਿਆ ਫਿਰ ਕਿਉਂਕਿ ਇੱਥੇ ਮੈਂ ਇੱਕ ਨਿਊਜ਼ ਹੋਸਟ ਸੀ ਉੱਥੇ ਮੈਨੂੰ ਮੌਕਾ ਮਿਲਿਆ ਕਿ ਮੈਂ ਪਹਿਲੀ ਵਾਰ ਫਗਵਾੜੇ ਸ਼ਹਿਰ ਦੇ ਵਿੱਚ ਜਾ ਕੇ ਸ਼ਹੀਦ ਭਗਤ ਸਿੰਘ ਜੀ ਦਾ ਇੱਕ ਯਾਦਗਾਰੀ ਮੇਲਾ ਸੀ 31ਵਾਂ ਮੇਲਾ ਸੀ ਉਸ ਵਕਤ ਮੇਰੇ ਖਿਆਲ ਨਾਲ ਹਾਂ 31ਵਾਂ ਮੇਲਾ ਸੀ ਮੇਰੇ ਖਿਆਲ ਨਾਲ ਤੇ ਉਹ ਕਰਵਾਇਆ ਜਾਂਦਾ ਸੀ ਫਗਵਾੜਾ ਦੀ ਟਰੱਸਟ ਵੱਲੋਂ ਔਰ ਉਹ ਮੈਨੂੰ ਪਹਿਲੀ ਵਾਰ ਇੰਨਾ ਵੱਡਾ ਮੌਕਾ ਮਿਲਿਆ ਹੰਸ ਰਾਜ ਹੰਸ ਜੀ ਜਨਾਬ ਸਾਬਰਕੋਟੀ ਜੀ ਸਰਦੂਲ ਸਿਕੰਦਰ ਜੀ ਔਰ ਮਿਸ ਨੀਲਮ ਭੁਪਿੰਦਰ ਗਿੱਲ ਜੀ ਇਹ ਬੜੇ ਵੱਡੇ ਸਿੰਗਰ ਸੀ ਉਸ ਟਾਈਮ ਦੇ ਵੀ ਹੁਣ ਵੀ ਵੱਡੇ ਸਿੰਗਰ ਨੇ ਸੋ ਉਹਨਾਂ ਦੇ ਨਾਲ ਮੈਂ ਸ਼ੋਅ ਹੋਸਟ ਕੀਤਾ ਔਰ ਉਹ ਮੇਰਾ ਸਭ ਤੋਂ ਪਹਿਲਾ ਐਕਸਪੀਰੀਅੰਸ ਔਨ ਸਟੇਜ ਸੀਗਾ
ਕਿਆ ਬਾਤ ਹੈ ਉਸ ਤੋਂ ਬਾਅਦ ਫੇਰ ਕਿਤੇ ਜਾ ਕੇ ਤੁਸੀਂ ਬਿਗ ਦੇ ਵਿੱਚ ਆਏ ਬਿਗ 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 ਵਿੱਚ ਵੀ ਹਲੇ ਹੋਰ ਵਕਤ ਮੈਨੂੰ ਲੱਗਿਆ ਅੱਛਾ ਹੋਰ ਵਕਤ ਲੱਗਿਆ ਹਾਂ ਬਿਗ ਵਿੱਚ ਆਉਣ ਤੋਂ ਪਹਿਲਾਂ ਹਾਂ ਬਿਗ ਵਿੱਚ ਮੈਂ ਫਿਰ ਨਿਊਜ਼ ਕਰਦੀ ਰਹੀ ਛੋਟੇ ਮੋਟੇ ਮੈਂ ਵੋਇਸ ਓਵਰਸ ਵੀ ਸਟਾਰਟ ਵੋਇਸ ਓਵਰ ਆਰਟਿਸਟ ਸਟਾਰਟ ਕੀਤਾ ਲੇਕਿਨ ਫਿਰ ਤੁਰੰਤ ਮੈਨੂੰ ਇਕਦਮ ਤੋਂ ਪਤਾ ਲੱਗਿਆ ਕਿ ਆਡੀਸ਼ਨਸ ਹੋ ਰਹੇ ਆ ਵੀ ਬਿਗ ਐਫ ਐਮ ਦੇ ਮੇਰੀ ਫਰੈਂਡ ਹੁੰਦੀ ਸੀ ਆਭਾ ਗੌਤਮ ਸ਼ਰਮਾ ਜੋ ਇਸ ਵਕਤ ਸਚਿਨ ਸ਼ਰਮਾ ਜੀ ਉਹਨਾਂ ਦੇ ਇਹ ਲੋਕ ਹੁੰਦੇ ਸੀ ਇਕੱਠੇ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਅੰਸ਼ੂ ਤੂੰ ਬੋਲਦੀ ਬੜਾ ਤੇਜ਼ ਬੋਲਦੀ ਆ ਤੇ ਤੂੰ ਸੋਹਣਾ ਬੋਲ ਲੈਂਦੀ ਆ ਤੇ ਆਡੀਸ਼ਨ ਕਿਉਂ ਨੀ ਦਿੰਦੀ ਤੂੰ ਬਿਗ ਐਫ ਐਮ ਦੇ ਉੱਤੇ ਆ ਕੇ ਤੂੰ ਆਰਟਿਸਟ ਅੱਛੀ ਆ ਤੇ ਬਣ ਸਕਦੀ ਆ ਮੈਨੂੰ ਉਸ ਟਾਈਮ ਤਾਂ ਆਰਟਿਸਟ ਪਤਾ ਹੀ ਨਹੀਂ ਸੀ ਹੁੰਦਾ ਵੀ ਆਰਟਿਸਟ ਚੀਜ਼ ਕੀ ਹੁੰਦੀ ਆ ਮੈਨੂੰ ਕਿਆ ਕਹਿੰਦੇ ਤੂੰ 3 ਮਿੰਟ ਲਈ ਬੋਲ ਸਕਦੀ ਆ ਕੁਛ ਆਪਾਂ 30 ਮਿੰਟ ਲਈ ਬੋਲਦਾ ਤੇ ਮੇਰੀ ਸੇਮ ਉਹਦੇ ਵਿੱਚ ਵੀ ਮੇਰੀ ਸਿਲੈਕਸ਼ਨ ਏਦਾਂ ਹੀ ਹੋਈ ਕੁਦਰਤਨ ਕਿ ਮੈਨੂੰ ਬਿਗ ਚਾ ਇੱਕ ਸ਼ੋਅ ਚੱਲਦਾ ਸੀ ਜੋ ਮੇਨ ਸ਼ੋਅ ਹੁੰਦਾ ਸੀਗਾ ਬ੍ਰੇਕਫਾਸਟ ਮਾਰਨਿੰਗ ਜੋਗ ਬ੍ਰੇਕਫਾਸਟ ਜੋਗ ਜੋ ਮੇਨ ਸ਼ੋਅ ਔਰ ਮੇਰੇ ਖਿਆਲ ਨਾਲ ਉਹ ਸ਼ੋਅ ਮਿਲਣਾ ਇੱਕ ਬੜੀ ਚੀਜ਼ ਹੁੰਦੀ ਹੈ ਕਿਉਂਕਿ ਮਾਰਨਿੰਗ ਸ਼ੋਅ ਈਜ਼ੀਲੀ ਨਹੀਂ ਮਿਲਦੇ ਮਾਰਨਿੰਗ ਸ਼ੋਅ ਔਰ ਈਵਨਿੰਗ ਡਰਾਈਵ ਹੈਂਡਲ ਕਰਨਾ ਅਤੇ ਨਾਈਟ ਸ਼ੋਅ ਕੋਈ ਵੀ ਬੈਂਡ ਤਾਂ ਖੈਰ ਮੈਂ ਇਹ ਨਹੀਂ ਕਹਾਂਗੀ ਕਿ ਕੋਈ ਵੀ ਹੈ ਸਾਰੇ ਇੰਪੋਰਟੈਂਟ ਸਾਰੇ ਬਹੁਤ ਇੰਪੋਰਟੈਂਟ ਹੁੰਦੇ ਰੇਡੀਓ ਦੇ ਵਿੱਚ ਸੋ ਮੇਰੇ ਲਈ ਬੜੀ ਮਾਣ ਦੀ ਗੱਲ ਸੀਗੀ ਕਿ ਮੈਨੂੰ ਪਟਿਆਲੇ ਸ਼ਹਿਰ ਦੇ ਵਿੱਚ ਵਾਪਸ ਮੈਂ ਗਈ 2006 ਕਿਉਂਕਿ ਮੈਂ ਉੱਥੇ ਕੰਮ ਕਰ ਚੁੱਕੀ ਸੀ ਪਹਿਲਾਂ 6 ਨਹੀਂ 2004 ਔਰ 5 ਦੇ ਵਿੱਚ ਮੇਰੇ ਖਿਆਲ ਨਾਲ 2006 ਦੇ ਵਿੱਚ 7 ਦੇ ਵਿੱਚ ਤੇ ਲਾਂਚ ਹੀ ਹੋਇਆ ਸੀਗਾ ਹਾਂਜੀ ਮੈਂ 2004 ਔਰ 5 ਦੇ ਵਿੱਚ ਕੰਮ ਕੀਤਾ ਪਟਿਆਲੇ ਸ਼ਹਿਰ ਪਹਿਲਾਂ ਜਦੋਂ ਐਨ ਆਰ ਆਈ ਟੀਵੀ ਚੈਨਲ ਦਾ ਫਿਰ ਉਸ ਤੋਂ ਬਾਅਦ ਫਿਰ 6 ਦੇ ਵਿੱਚ ਮੈਂ ਦੁਬਾਰਾ 7 ਦੇ ਵਿੱਚ ਦੁਬਾਰਾ ਵਾਪਸੀ ਕੀਤੀ ਹੈ ਦੁਬਾਰਾ ਵਾਪਸੀ ਫਿਰ ਮੈਂ 7 ਵਿੱਚ ਆਈ ਹਾਂ ਬਿਗ 92.7 ਐਫ ਐਮ ਤੇ ਐਜ਼ ਅ ਰੇਡੀਓ ਜੋਕੀ ਔਰ ਪਟਿਆਲੇ ਸ਼ਹਿਰ ਚ 2 ਸ਼ੋਅਜ਼ ਮੈਂ ਫਿਰ ਹੋਸਟ ਕੀਤੇ ਬਿਗਨਿੰਗ ਦੇ ਅੰਦਰ ਦੈਨ ਅਗੇਨ ਆਈ ਗੋਟ ਮੈਂ ਟ੍ਰਾਂਸਫਰ ਹੋ ਗਈ ਮੇਰੀ ਚੰਡੀਗੜ੍ਹ ਪਟਿਆਲਾ ਸ਼ਹਿਰ ਤੋਂ ਚੰਡੀਗੜ੍ਹ ਮੈਂ ਪ੍ਰਮੋਟ ਹੋਈ ਫਿਰ ਇੱਥੇ ਮੈਂ ਲੇਡੀਜ਼ ਬੈਂਡ ਸ਼ੋਅ ਸੰਭਾਲਿਆ ਜਿਹੜਾ ਸਭ ਤੋਂ ਔਖਾ ਸ਼ੋਅ ਸੀ ਓਕੇ ਮੇਰੇ ਖਿਆਲ ਨਾਲ ਇਹਨਾਂ ਨੇ ਸਵਾਲ ਆਪਾਂ ਨੂੰ ਪੁੱਛਣ ਨਹੀਂ ਦੇਣਾ ਇਹਨਾਂ ਨੇ ਖੁਦ ਹੀ ਸਭ ਕੁਝ ਦੱਸੀ ਜਾਣਾ ਤੇ ਜਿਹੜੀ ਬੋਲਣ ਵਾਲੀ ਕਲਾ ਹੁੰਦੀ ਹੈ ਨਾ ਇਹ ਏਦਾਂ ਹੁੰਦੀ ਹੈ ਕਿ ਇਹਨੂੰ ਰੋਕ ਪਾਉਣਾ ਜਿਹੜਾ ਮੁਸ਼ਕਲ ਹੁੰਦਾ ਤੇ ਕੋਈ ਗੱਲ ਨਹੀਂ ਪਰ ਤੁਸੀਂ ਫੋਨ ਕਰੋ ਸਕਰੀਨ ਦੇ ਉੱਤੇ ਨੰਬਰ ਫਲੈਸ਼ ਹੋ ਰਿਹਾ ਫੋਨ ਕਰੋ ਬੇਝਿਜਕ ਹੋ ਕੇ ਤੁਸੀਂ ਸਵਾਲ ਪੁੱਛ ਸਕਦੇ ਹੋ ਗਾਣਾ ਵੀ ਆਪਾਂ ਗਵਾਈ ਲਵਾਂਗੇ ਕਿਉਂਕਿ ਦਰਸ਼ਕ ਜਿਹੜੇ ਨੇ ਉਹ ਗਾਣਾ ਸੁਣਨ ਚ ਬੜਾ ਇੰਟਰਸਟਿਡ ਹਾਂ ਮੈਨੂੰ ਪਤਾ ਹੈ ਤੇ ਉਸ ਵੱਲ ਵੀ ਆਪਾਂ ਥੋੜੀ ਲੇਟ ਹੀ ਆਵਾਂਗੇ ਹਲੇ ਤੇ ਇਹ ਨਹੀਂ ਹੈ ਕਿ ਮੈਂ ਦੱਸਣਾ ਚਾਹੁੰਦੀ ਹਾਂ ਅੱਜ ਗਰਵ ਪੰਜਾਬ ਚੈਨਲ ਦੇ ਰਾਹੀਂ ਇਸ ਸ਼ੋਅ ਦੇ ਰਾਹੀਂ ਸਾਰੇ ਦਰਸ਼ਕਾਂ ਨੂੰ ਕਿ ਮੈਂ ਬਹੁਤ ਜਲਦੀ ਐਜ਼ ਅ ਸਿੰਗਰ ਵੀ ਇੰਡਸਟਰੀ ਦੇ ਵਿੱਚ ਆ ਰਹੀ ਹਾਂ ਲੇਕਿਨ ਮੈਂ ਪੰਜਾਬੀ ਗੀਤ ਨਹੀਂ ਗਾਉਣ ਵਾਲੀ ਮੇਰਾ ਕੁਝ ਸਰਪ੍ਰਾਈਜ਼ਿੰਗ ਹੈ ਮੈਨੂੰ ਲੱਗਦਾ ਵੈਸੇ ਸਰਪ੍ਰਾਈਜ਼ ਨਾ ਹੀ ਰੱਖਾਂ ਤੇ ਚੰਗਾ ਰਹੇਗਾ ਮੈਂ ਹਰਿਆਣਾ ਸ਼ਹਿਰ ਕਾ ਗਾਣਾ ਗੀਤ ਗਾਣ ਜਾ ਰਹੀ ਹਾਂ ਬਾਤ ਹੈ ਕਿਆ ਬਾਤ ਮੈਂ ਛੋੜੋਗੇ ਕੁਛ ਛੱਡੋਗੇ ਤੁਹਾਡੇ ਲਈ ਹੋਰ ਲਈ ਕੁਛ ਛੱਡੋ ਸੋ ਕਿਉਂਕਿ ਇਹ ਇੱਕ ਫੀਲਡ ਐਦਾਂ ਦੀ ਹੈ ਤੁਸੀਂ ਕੰਮ ਕਰੋ ਹੁਣ ਨਾ ਤੁਸੀਂ ਕਿਸੇ ਫਿਲਮ ਦੇ ਵਿੱਚ ਹੀਰੋ ਵੀ ਆ ਜਾਓ ਹੀਰੋ ਮੁੱਛਾਂ ਲਵਾਵਾਂ ਦਾੜੀ ਲਵਾ ਕੇ ਜੋ ਇੰਪੋਸੀਬਲ ਜੀ ਚੀਜ਼ ਹੈਗੀ ਇਹਨੂੰ ਵੀ ਪ੍ਰੀਤੋ ਪੋਸੀਬਲ ਕਰ ਲੈਣੀ ਮੈਂ ਇਹ ਵੀ ਦੱਸਣਾ ਚਾਹੁੰਦੀ ਹਾਂ ਕਿ ਮੈਂ ਮੁੰਡਾ ਵੀ ਬਣ ਚੁੱਕੀ ਹਾਂ ਇੱਕ ਵਾਰ ਪੀਟੀਸੀ ਦਾ ਮੇਰਾ ਸ਼ੋਅ ਚੱਲਦਾ ਸੀ ਵੋਇਸ ਆਫ ਪੰਜਾਬ ਤੇ ਉਹਦੇ ਵਿੱਚ ਨਾ ਅਸੀਂ ਮੇਨ ਤਾਂ ਜਿਹੜਾ ਸਾਡਾ ਪਾਰਟ ਸੀ ਬਾਹਰ ਹੋਸਟ ਕਰਦਾ ਅੱਛਾ ਮੈਂ ਤੁਹਾਡੀ ਇਹ ਗੱਲ ਸੁਣਾਂਗਾ ਉਸ ਤੋਂ ਪਹਿਲਾਂ ਆਪਣੇ ਨਾਲ ਦਰਸ਼ਕ ਜੁੜੇ ਨੇ ਉਹਨਾਂ ਦਾ ਸਵਾਗਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਚ ਆਪਣਾ ਨਾਮ ਦੱਸ ਦਿਓ ਤੇ ਕਿਹੜੀ ਜਗ੍ਹਾ ਤੋਂ ਗੱਲ ਕਰ ਰਹੇ ਹੋ ਲੁਧਿਆਣੇ ਮੈਂ ਸੁਣਿਆ ਮੀਂਹ ਬੜਾ ਪੈ ਰਿਹਾ ਲੁਧਿਆਣੇ ਚ ਹਾਂਜੀ ਜਿਆਦਾ ਵੀ ਨੀ ਪਰ ਠੀਕ ਚਲੋ ਫਿਰ ਵੀ ਠੰਡਾ ਮੌਸਮ ਹੋ ਗਿਆ ਕੁਛ ਹਾਂਜੀ ਮੇਰੀ ਮੰਮੀ ਜਦੋਂ ਅੱਜ ਮੀਂਹ ਪੈਣਾ ਸਟਾਰਟ ਹੋਇਆ ਮੇਰੀ ਮੰਮੀ ਸਵੇਰ ਦੀ ਨਹਾਈ ਜਾਂਦੀ ਸੀ ਮੀਂਹ ਦੇ ਵਿੱਚ ਅੱਛਾ ਜੀ ਤੁਸੀਂ ਕਿੱਥੇ ਰਹਿੰਦੇ ਹੋ ਲੁਧਿਆਣੇ ਅਸੀਂ ਲੁਧਿਆਣੇ ਰਹਿੰਦੇ ਹਾਂ ਜੀ ਪੱਖੋ ਰੋਡ ਤੇ ਅੱਛਾ ਤੇ ਤੁਹਾਨੂੰ ਇੱਕ ਗੱਲ ਦੱਸਾਂ ਤੁਹਾਨੂੰ ਕੰਪਲੀਮੈਂਟ ਦਾ ਤੁਹਾਡੀ ਨਾ ਆਵਾਜ਼ ਬੜੀ ਖੂਬਸੂਰਤ ਹੈ ਮੇਰੇ ਲਈ ਬਾਣ ਦੀ ਗੱਲ ਹੈ ਤੁਸੀਂ ਸਾਰਿਆਂ ਨੇ ਇੰਨਾ ਮੈਨੂੰ ਪਿਆਰ ਦਿੱਤਾ ਔਰ ਮੈਨੂੰ ਬਹੁਤ ਮੈਨੂੰ ਖਾਸ ਤੌਰ ਤੇ ਜਦੋਂ ਫੀਮੇਲਸ ਮੈਨੂੰ ਐਪਰੀਸ਼ੀਏਟ ਕਰਦੇ ਮੈਨੂੰ ਉਦੋਂ ਸਭ ਤੋਂ ਜ਼ਿਆਦਾ ਚੰਗਾ ਲੱਗਦਾ ਤੁਸੀਂ ਸਾਰੀ ਮੇਰੀ ਮਾਵਾਂ ਭੈਣਾਂ ਵਰਗੇ ਹੋ ਥੈਂਕ ਯੂ ਸੋ ਮਚ ਕਿ ਤੁਸੀਂ ਮੈਨੂੰ ਕਾਲ ਕੀਤਾ ਮੇਰੇ ਨਾਲ ਗੱਲਬਾਤ ਕੀਤੀ ਔਰ ਅੱਗੇ ਵੀ ਸੋਚ ਇੱਦਾਂ ਹੀ ਕਾਲ ਕਰਦੇ ਰਹੋ ਠੀਕ ਹੈ ਜੀ ਕੋਈ ਸਵਾਲ ਤਾਂ ਨਹੀਂ ਪੁੱਛਣਾ ਮੇਰੇ ਤੋਂ ਦੋ ਲੈਣਾ ਗਾਣਾ ਤਾਂ ਨਹੀਂ ਮੈਨੂੰ ਆਉਂਦਾ ਹੈਗਾ ਦੋ ਲੈਣਾ ਵੈਸੇ ਮੈਂ ਬੋਲ ਦਿੰਦੀ ਹਾਂ ਹਾਂਜੀ ਜ਼ਰੂਰ ਤੁਹਾਡੇ ਕਹਿਣ ਤੇ ਹਾਂਜੀ ਤੁਸੀਂ ਮੇਰਾ ਮਾਣ ਰੱਖਣਾ ਜ਼ਰੂਰ ਜੀ ਜ਼ਰੂਰ ਜ਼ਰੂਰ ਗਾਣਾ ਸੁਣੂੰਗੀ ਜ਼ਰੂਰ ਹਾਂਜੀ
ਮੇਰੇ ਭਈਆ ਮੇਰੇ ਚੰਦਾ ਮੇਰੇ ਅਨਮੋਲ ਕੰਦਨ ਤੇਰੇ ਬਦਲੇ ਮੈਂ ਦੁਨੀਆ ਕੀ ਜਾਊਂਗੀ ਵਾਅਦਾ ਹੈ ਮੇਰਾ ਔਰ ਤੁਹਾਨੂੰ ਮਤਲਬ ਘਰ ਵਾਲੇ ਨੇ ਨਾ ਜਾ ਕੇ ਥੀਏਟਰ ਚ ਦਿਖਾਈ ਨਾ ਫਿਰ ਵੀ ਚਲੋ ਮੈਂ ਤੁਹਾਡਾ ਸੀਨ ਕਾਫੀ ਮਤਲਬ ਦੇਖ ਹੀ ਲੈਣੀ ਹੈ ਤਕਰੀਬਨ ਬਹੁਤ ਹੀ ਅੱਛੇ ਲੱਗਦੇ ਹੋ ਤੁਸੀਂ ਤੁਹਾਡੇ ਸੀਨ ਬਹੁਤ ਅੱਛੇ ਪਿਆਰੇ ਹੁੰਦੇ ਆ ਥੈਂਕ ਯੂ ਸੋ ਮਚ ਬਹੁਤ ਲਾਈਕ ਹੁੰਦੇ ਆ ਉਹਦੇ ਚ ਮੈਂ ਵੇਲਣ ਦਾ ਕਾਫੀ ਪ੍ਰਯੋਗ ਕੀਤਾ ਵੈਸੇ ਜੇ ਤੁਹਾਨੂੰ ਅਗਲੀ ਵਾਰ ਮੇਰੀ ਕੋਈ ਫਿਲਮ ਘਰ ਵਾਲੇ ਨਾ ਦਿਖਾਈ ਵੇਲਣਾ ਚੁੱਕ ਲਿਓ ਠੀਕ ਹੈ ਰਜਿੰਦਰ ਜੀ ਸਤਿ ਸ਼੍ਰੀ ਅਕਾਲ ਥੈਂਕ ਯੂ ਸੋ ਮਚ ਹਾਂਜੀ ਪ੍ਰੀਤੋ ਜੀ ਹੋਰ ਕੋਈ ਸਵਾਲ ਹੈਗਾ ਤੁਸੀਂ ਪੁੱਛ ਸਕਦੇ ਹੋ ਅੱਛਾ ਤੁਸੀਂ ਮੈਨੂੰ ਇਹ ਦੱਸੋ ਕਿ ਤੁਸੀਂ ਮੈਨੂੰ ਇੱਕ ਨੇ ਦੱਸਿਆ ਕਿ ਹਰੇ ਰੰਗ ਦੀ ਚੁੰਨੀ ਪਾ ਕੇ ਨਹੀਂ ਆਣਾ ਮੈਂ ਹਰੇ ਰੰਗ ਦੀ ਚੁੰਨੀ ਪਾ ਕੇ ਆ ਗਈ ਸੀ ਮੇਰੇ ਕੋਲ ਕਈ ਸਵਾਲ ਹੈ ਮੈਂ ਤਾਂ ਮਤਲਬ ਠੀਕ ਹੈ ਹੁਣ ਤੁਸੀਂ ਇੱਕ ਗੱਲ ਕਰ ਲਈ ਨਾ ਪਿਛਲੀ ਵਾਰ ਮੈਂ ਨੰਬਰ ਮੰਗਦਾ ਰਿਹਾ ਨੰਬਰ ਨਹੀਂ ਦੇ ਕੇ ਗਏ ਹੈਗੇ ਏਦਾਂ ਹੀ ਨਿਕਲ ਗਏ ਤੇ ਹੁਣ ਮੈਂ ਦੱਸਦਾ ਕਿ ਤੁਹਾਨੂੰ ਕੋਈ ਨੰਬਰ ਹੀ ਨਹੀਂ ਤੇ ਹੁਣ ਤੁਸੀਂ ਮੇਰੇ ਤੋਂ ਲਾਈਵ ਨੰਬਰ ਮੰਗ ਰਹੇ ਮੈਂ ਇੱਥੇ ਨੰਬਰ ਦੇ ਦਿੰਦਾ ਨਾ ਬਾਅਦ ਚ ਦੇ ਦਿਓ ਤੁਸੀਂ ਤਾਂ ਮੇਰਾ ਨੰਬਰ ਮਸ਼ਹੂਰ ਕਰਾਓਗੇ ਮੇਰੇ ਨਾਲ ਹੋ ਜਾਏਗਾ ਫਿਲਹਾਲ ਉਸ ਨੰਬਰ ਨਾਲ ਚਲਾਓ ਜੋ ਸਕਰੀਨ ਦੇ ਉੱਤੇ ਫਲੈਸ਼ ਹੋ ਰਿਹਾ ਉਸ ਦੇ ਉੱਤੇ ਕਾਲ ਕਰੋ ਤੇ ਅਗਲੀ ਕਾਲ ਆਪਣੇ ਕੋਲੇ ਆ ਚੁੱਕੀ ਹੈ ਉਹਨਾਂ ਦਾ ਸਵਾਗਤ ਕਰਦੇ ਤੁਹਾਡੀ ਗੱਲ ਵਿੱਚ ਹੀ ਹੈ ਇਸ ਤੋਂ ਬਾਅਦ ਕੰਟੀਨਿਊ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਹੈਲੋ ਸਤਿ ਸ਼੍ਰੀ ਅਕਾਲ ਸਰ ਹਾਂਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਚ ਆਪਣਾ ਨਾਮ ਦੱਸ ਦਿਓ ਤੇ ਕਿਹੜੀ ਜਗ੍ਹਾ ਤੋਂ ਥੈਂਕ ਯੂ ਸਰ ਅੱਛਾ ਜਲਦੀ ਹੈ ਕਿੰਨੇ ਜਲਦੀ ਹੈ ਕ੍ਰਿਸ਼ਨ ਬਟਾਲੇ ਤੋਂ ਅੱਛਾ ਜੀ ਕ੍ਰਿਸ਼ਨ ਜੀ ਬਟਾਲੇ ਤੋਂ ਤੇ ਮੇਰੇ ਖਿਆਲ ਨਾਲ ਤੁਸੀਂ ਜਲਦੀ ਚੋ ਵੀ ਥੈਂਕ ਯੂ ਸਰ ਓਕੇ ਜੀ ਗੱਲ ਕਰਾਓ ਫਟਾਫਟ ਲੋ ਜੀ ਹੁਣ ਗੱਲ ਕਰੋ ਫਿਰ ਕ੍ਰਿਸ਼ਨ ਜੀ ਮੈਂ ਥੋੜੀ ਜੀ ਗੱਲ ਬੇਚਾਰੇ ਸ਼ੇਖਰ ਨਾਲ ਵੀ ਕਰ ਲੋ ਉਹਨਾਂ ਨੂੰ ਬੁਰਾ ਲੱਗ ਰਿਹਾ ਕੋਈ ਨੀ ਗੱਲ ਕਰ ਰਿਹਾ ਕੀ ਹਾਲ ਹੈ ਕ੍ਰਿਸ਼ਨ ਜੀ ਵਧੀਆ ਮੈਡਮ ਕਿਹੜੇ ਤੁਸੀਂ ਕਿਹੜੇ ਸ਼ਹਿਰ ਤੋਂ ਬੋਲ ਰਹੇ ਹੋ ਅਸੀਂ ਬਟਾਲੇ ਤੋਂ ਜ਼ਿਲ੍ਹਾ ਗੁਰਦਾਸਪੁਰ ਬਟਾਲੇ ਤੋਂ ਬੋਲ ਰਹੇ ਹੋ ਬਟਾਲੇ ਸ਼ਹਿਰ ਮੈਂ ਕਈ ਵਾਰ ਆ ਕੇ ਆਪਣੇ ਸ਼ੋਜ਼ ਹੋਸਟ ਵੀ ਕੀਤੇ ਆ ਉੱਥੇ ਮਿਸ ਪੀਟੀਸੀ ਪੰਜਾਬੀ ਪ੍ਰੋਗਰਾਮ ਦੇ ਦੌਰਾਨ ਮੈਂ ਬੜੀ ਵਾਰ ਆਈ ਹਾਂ ਠੀਕ ਹੈ ਮੈਡਮ ਵੈਸੇ ਕਿਹੜੀ ਜਗ੍ਹਾ ਮੈਂ ਚੰਡੀਗੜ੍ਹ ਸ਼ਹਿਰ ਦੀ ਰਹਿਣ ਵਾਲੀ ਆ ਮੈਨੂੰ ਨੀ ਪੁੱਛਿਆ ਬਟਾਲੇ ਕਿਹੜੀ ਜਗ੍ਹਾ ਤੁਸੀਂ ਤੇ ਮੇਰੇ ਨਾਲ ਹੀ ਕਮੇਡੀ ਦੇ ਸ਼ੁਰੂ ਹੋ ਗਏ ਬਾਈ ਗੋਡ ਇਹ ਸਾਡੇ ਬਟਾਲੇ ਕਿਸ਼ਨ ਜੀ ਬਾਰੇ ਤੁਹਾਨੂੰ ਦੱਸਦਾ ਇਹ ਸਾਡੇ ਰੈਗੂਲਰ ਕਾਲਰ ਨੇ ਹਮੇਸ਼ਾ ਕਦੀ ਸ਼ੋਅ ਮਿਸ ਨਹੀਂ ਕਰਦੇ ਅੱਛਾ ਬਟ ਇਸ ਬੰਦੇ ਨੇ ਰੱਬ ਦੇ ਬੰਦੇ ਨੇ ਉਹਨੇ ਮੇਰੇ ਤੋਂ ਨਹੀਂ ਕਦੀ ਪੁੱਛਿਆ ਭਾਜੀ ਕਿੱਥੇ ਰਹਿੰਦੇ ਹੋ ਅੱਛਾ ਮੈਂ ਭਾਈ ਵੈਸੇ ਨਾ ਗੱਲ ਭਾਈ ਮੈਂ ਟ੍ਰਾਂਸਫਰ ਕਰਦਾ ਪਿਆ ਤੇ ਪੁੱਛਣਾ ਕੀ ਹੈ ਭਾਜੀ ਨੂੰ ਹੋਰ ਕੀ ਭਾਜੀ ਤੇ ਡੇਲੀ ਤੁਹਾਡੇ ਨਾਲ ਗੱਲਾਂ ਬਾਤਾਂ ਮਾਰਦੇ ਰਹਿੰਦੇ ਸਾਨੂੰ ਵੀ ਕਦੇ ਕਦੇ ਮੌਕਾ ਮਿਲਦਾ ਤੇ ਮੈਂ ਨਾ ਬਟਾਲੇ ਤੁਹਾਡੀ ਕਾਲਜ ਸੀ ਮੈਨੂੰ ਕਾਲਜ ਦਾ ਨਾਮ ਨਹੀਂ ਯਾਦ ਉੱਥੇ ਕਾਲਜ ਦੋ ਤਿੰਨ ਕਾਲਜ ਦੇ ਵਿੱਚ ਆਈ ਹਾਂ ਮੈਂ ਹਾਂਜੀ ਤੇ ਅਗਲੀ ਵਾਰ ਮੈਨੂੰ ਕਾਲ ਕਰਿਓ ਕ੍ਰਿਸ਼ਨ ਜੀ ਤੁਹਾਡਾ ਨੰਬਰ ਮੈਂ ਲੈ ਕੇ ਜਾਵਾਂਗੀ ਮੈਂ ਜਾਂਦੇ ਸਾਰ ਤੁਹਾਨੂੰ ਵਟਸਐਪ ਤੇ ਹੈਲੋ ਭੇਜਾਂਗੀ ਹੁਣ ਠੀਕ ਹੈ ਠੀਕ ਹੈ ਨੰਬਰ ਨਾ ਬੋਲੋ ਅਸੀਂ ਤੁਹਾਨੂੰ ਕਾਲ ਕਰਕੇ ਨੰਬਰ ਲੈ ਲਾਂਗੇ ਓ ਮਾਈ ਗੋਡ ਮੈਂ ਤੁਹਾਨੂੰ ਸੈਲਫੀ ਖਿੱਚ ਕੇ ਭੇਜਦੀ ਹਾਂ ਹੁਣੇ ਵਟਸਐਪ ਤੇ ਰੁਕੋ ਥੈਂਕ ਯੂ ਜੀ ਥੈਂਕ ਯੂ ਸੋ ਮਚ ਕਾਲ ਕਰਨ ਦੇ ਲਈ ਜੀ ਸੋ ਬੜਾ ਮਜ਼ਾ ਆਇਆ ਆਪਾਂ ਤਾਂ ਇੱਦਾਂ ਬੈਠਦੇ ਹਾਂ ਹਾਂਜੀ ਪੁੱਛੋ ਕ੍ਰਿਸ਼ਨ ਜੀ ਵਧੀਆ ਕਾਲਰ ਸੀ ਸੋ ਇਹਨਾਂ ਨੇ ਇਹ ਵੀ ਕਿਹਾ ਕਿ ਵੀ ਲੋ ਇੱਕ ਕੰਮ ਕਰਦੇ ਹਾਂ ਹੁਣ ਨੈਕਸਟ ਕਾਲ ਹੈਗੀ ਹੈ ਉਹ ਤੁਸੀਂ ਓਪਨ ਕਰੋ ਅੱਛਾ ਠੀਕ ਹੈ ਹੈਲੋ 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 ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੈਮ ਕੌਣ ਬੋਲ ਰਹੇ ਜੀ ਕਿੱਥੋਂ ਬੋਲ ਰਹੇ ਹੋ ਮੈਮ ਮੈਂ ਜਲੰਧਰ ਤੋਂ ਬੋਲ ਰਿਹਾ ਜੀ ਜਲੰਧਰ ਤੋਂ ਕੌਣ ਬੋਲਦੇ ਨਾਮ ਕੀ ਹੈ ਤੁਹਾਡਾ ਨਾਮ ਸੁਨੀਲ ਕੁਮਾਰ ਜੀ ਸੁਨੀਲ ਜੀ ਤੁਸੀਂ ਨਾ ਟੀਵੀ ਦੀ ਆਵਾਜ਼ ਜ਼ਰਾ ਬੰਦ ਕਰ ਦਿਓ ਕੀ ਬਾਤ ਹੈ ਮੇਰੀ ਨਹੀਂ ਗੱਲ ਹਾਂਜੀ ਮੈਮ ਹਾਂਜੀ ਕੀ ਹਾਲ ਹੈ ਸੁਨੀਲ ਜੀ
ਹਾਂਜੀ ਹਾਂਜੀ ਠੀਕ ਆ ਜੀ, ਤੁਸੀਂ ਕੱਲ ਇੰਟਰਟੇਨਮੈਂਟ ਕਰ ਰਹੇ ਹੋ? ਅੱਛਾ ਹਾਂਜੀ, ਥੈਂਕ ਯੂ ਥੈਂਕ ਯੂ, ਹਲੇ ਤਾਂ ਇੰਟਰਟੇਨਮੈਂਟ ਦੀ ਸ਼ੁਰੂਆਤ ਹੀ ਹੋਈ ਹੈ, ਹੁਣ ਤੁਹਾਡਾ ਫੋਨ ਆਇਆ, ਇੰਟਰਟੇਨਮੈਂਟ ਹੁਣ ਹੋਏਗਾ, ਹੁਣ ਹੋਣਾ ਚਲੋ ਹੁਣ ਹੁਣ ਗੈਸਟ ਨਾਲ ਗੱਲ ਕਰਾ ਦੋ, ਤੁਸੀਂ ਏਦਾਂ ਕਰੋ ਹੁਣ ਸ਼ੇਖਰ ਜੀ ਦੇ ਨਾਲ ਇੱਕ ਵਾਰ ਗੱਲ ਕਰ ਲਓ, ਪਤਾ ਨਹੀਂ ਉਹਨਾਂ ਨੂੰ ਅੱਜ ਬੋਲਣ ਦਾ ਮੌਕਾ ਨਹੀਂ ਮਿਲ ਰਿਹਾ। ਅੱਜ ਏਦਾਂ ਵੀ ਸੀਰੀਅਸਲੀ ਕੋਈ ਗੱਲ ਹੀ ਨਹੀਂ ਕਰ ਰਿਹਾ ਯਾਰ, ਵਾਈ ਗੁੱਡ ਹੈ ਨਾ ਸੀਰੀਅਸ, ਮਤਲਬ ਥੈਂਕ ਯੂ ਸੋ ਮਚ ਜੀ ਤੁਸੀਂ ਕਾਲ ਕੀਤੀ ਹੈ। ਹੁਣ ਤੁਸੀਂ ਐਂ ਕਰੋ, ਤੁਸੀਂ ਸਵਾਲ ਹੈਗਾ ਕੋਈ ਗੀਤ ਸੁਣਨਾ ਉਹ ਤੁਸੀਂ ਪ੍ਰੀਤੋ ਜੀ ਨੂੰ ਡਿਮਾਂਡ ਕਰ ਸਕਦੇ ਹੋ। ਹਾਂਜੀ ਹਾਂਜੀ ਹਾਂਜੀ, ਗੀਤ ਸੁਣਾ ਦੋ ਜੱਲੀ ਭਾਜੀ ਦਾ। ਕੋਈ ਗੱਲ ਨੀ ਜੀ, ਤੁਸੀਂ ਏਦਾਂ ਕਰੋ ਯੂਟਿਊਬ ਤੇ ਜਾਓ, ਸਰਚ ਕਰੋ ਔਰ ਸੁਣ ਲਓ। ਬਈ ਹੁਣ ਬੰਦੇ ਦੀ ਆਵਾਜ਼ ਕੱਢੀ ਨਹੀਂ ਨਾ ਜਾਣੀ, ਮੈਂ ਤਾਂ ਬੰਦੇ ਦੀ ਆਵਾਜ਼ ਨਹੀਂ ਕੱਢੀ ਜਾਣੀ। ਜੱਲੀ ਭਾਜੀ ਨੂੰ ਮੈਂ ਬਹੁਤ ਲਾਈਕ ਕਰਦਾ ਮੈਮ। ਵੈਰੀ ਨਾਈਸ ਜੀ, ਬਹੁਤ ਵਧੀਆ ਜੀ, ਬਹੁਤ ਵਧੀਆ ਗੱਲ ਹੈ। ਭਾਜੀ ਬਹੁਤ ਵਧੀਆ ਇਨਸਾਨ ਨੇ ਜੀ, ਨਾਈਸ ਗੁੱਡ। ਇੱਧਰ ਵੀ ਭਾਜੀ ਬਹੁਤ ਵਧੀਆ ਇਨਸਾਨ ਨੇ, ਦੇਖੋ ਸ਼ੇਖਰ ਭਾਜੀ ਜੀ 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 ਜੀ, ਥੈਂਕ ਯੂ ਸੋ ਮਚ ਫਾਰ ਕਾਲਿੰਗ, ਥੈਂਕ ਯੂ ਸੋ ਮਚ ਫਾਰ ਕਾਲਿੰਗ ਸੁਨੀਲ ਜੀ, ਥੈਂਕ ਯੂ ਸੋ ਮਚ, ਟੇਕ ਕੇਅਰ। ਹਾਂਜੀ ਸ਼ੇਖਰ ਜੀ, ਤੁਸੀਂ ਹੁਣ ਹਰਿਆਣਵੀ ਵਾਲਾ ਗਾਣਾ ਸੁਣਾਓ, ਆਪਾਂ ਫਿਰ ਐਵੇਂ ਤਾਂ ਕਾਲ ਤੇ ਕਾਲ ਆਈ ਜਾਣੀ, ਉਹ ਗਾਣਾ ਵਿੱਚ ਰਹਿ ਜੂਗਾ। ਅੱਛਾ ਰਿਲੀਜ਼ ਹੋਣਾ ਹੈ ਨਾ? ਮੈਂ ਦੋ ਲਾਈਨਾਂ ਗਾ ਕੇ ਸੁਣਾ ਦਿੰਦੀ ਹਾਂ, ਕਿਉਂਕਿ ਹਲੇ ਮੈਂ ਗਾਣਾ ਚੋਰੀ ਨਾ ਹੋ ਜਾਵੇ, ਗਾਣਾ ਚੋਰੀ ਨਹੀਂ ਨਹੀਂ ਗਾਣਾ ਚੋਰੀ ਨਾ ਹੋ ਜਾਵੇ, ਵੈਸੇ ਗੱਲ ਨਹੀਂ, ਜਦ ਚੋਰੀ ਹੋ ਵੀ ਗਿਆ ਤੇ ਆਡੀਅੰਸ ਤੱਕ ਹੀ ਪਹੁੰਚਣਾ ਹੈ। ਗਾਣਾ ਓਕੇ, ਗਾਣਾ ਹਰਿਆਣਵੀ ਟੋਨ ਜਾਣਾ ਪਏਗਾ। ਰੱਖੇ ਮੁੱਛਾਂ ਕੇ ਮਰੋੜਾ ਪੂਰਾ ਗਾਮ ਮੈਂ ਸਟੋਰਾ, ਰੱਖੇ ਮੁੱਛਾਂ ਕੇ ਮਰੋੜਾ ਪੂਰਾ ਗਾਮ ਮੈਂ ਸਟੋਰਾ, ਛੋਰਾ ਗਣਾ ਸੇ ਸਕੀਨ ਆਪੇ ਬੋਏ ਸੇ ਜ਼ਮੀਨ, ਰੱਖੇ ਪੂਰਾ ਧਿਆਨ ਫਿੱਟ ਗਾਤ ਪੈ। ਅੱਗੇ ਮੈਂ ਨਹੀਂ ਸੁਣਾਉਣਾ, ਮੈਂ ਐਵੇਂ ਡਰਾਮ ਰੋਲ ਦੇ ਦਿੱਤਾ। ਬਟ ਸੀਰੀਅਸਲੀ ਅੱਛਾ ਸੀਗਾ। ਖੈਰ ਤੁਸੀਂ ਬਹੁਤ ਇੰਨੀ ਕੁ ਖਰੀ ਹਰਿਆਣਵੀ ਬੋਲੀ ਹੈ ਵੀ ਮੈਂ ਉਹਦੇ ਚ ਸਿਰਫ ਉਹ ਗਾਣਾ ਛੋਰਾ ਬਸ ਉਹੀ ਪਕੜ, ਬਾਕੀ ਇਹਦਾ ਇੱਕ ਰੀਜ਼ਨ ਸੀਗਾ। ਇਹ ਨਹੀਂ ਹੈ ਕਿ ਮੈਂ ਪੰਜਾਬੀ ਮੇਰੀ ਮਾਂ ਬੋਲੀ ਹੈ ਮੈਂ ਉਹਨੂੰ ਪਿਆਰ ਨਹੀਂ ਕਰਦੀ ਹਾਂ, ਇਹੋ ਜਿਹੀ ਕੋਈ ਗੱਲ ਨਹੀਂ ਹੈ, ਬਟ ਹਰਿਆਣੇ ਨਾਲ ਵੀ ਮੇਰੀ ਇੱਕ ਅਟੈਚਮੈਂਟ, ਉਸਦਾ ਇੱਕ ਰੀਜ਼ਨ ਹੈ ਕਿ ਮੇਰੇ ਪੇਰੈਂਟਸ ਜਿਹੜੇ ਨੇ ਉਹਨਾਂ ਦਾ ਬੈਕਗਰਾਉਂਡ ਬੇਸਿਕਲੀ ਅਸੀਂ ਪੰਜਾਬੀ ਪਰਿਵਾਰ ਹਾਂ, ਹਿੰਦੂ ਪੰਜਾਬੀ ਪਰਿਵਾਰ ਹਾਂ, ਲੇਕਿਨ ਸਾਡਾ ਬੈਕਗਰਾਉਂਡ ਜਿਹੜਾ ਉਹ ਹਰਿਆਣੇ ਤੋਂ ਰਿਹਾ। ਮੇਰੇ ਮਦਰ ਫਰੀਦਾਬਾਦ ਸ਼ਹਿਰ ਤੋਂ ਔਰ ਮੇਰੇ ਫਾਦਰ ਸਾਹਿਬ ਜਿਹੜੇ ਸੀ ਉਹ ਸੋਨੀਪਤ ਸ਼ਹਿਰ ਤੋਂ ਸੀਗੇ। ਸੋ ਇੱਕ ਕਨੈਕਟੀਵਿਟੀ ਤੁਹਾਡੀ ਜਿਹੜੀ ਹੁੰਦੀ ਹੈ ਨਾ ਉਸ ਚੀਜ਼ ਦੇ ਨਾਲ, ਮੇਰਾ ਰਹਿਣਾ ਹਮੇਸ਼ਾ, ਮੇਰਾ ਬਰਥ ਜਿਹੜਾ ਉਹ ਚੰਡੀਗੜ੍ਹ ਸ਼ਹਿਰ ਦਾ ਹੀ ਆ, ਮੈਂ ਕਦੇ ਰਹੀ ਨਹੀਂ, ਮਤਲਬ ਉਸ ਏਰੀਆ ਚ ਕਦੇ ਆਣਾ ਜਾਣਾ ਨਾਨਕੇ ਦਾਦਕੇ ਹੋਣ ਕਰਕੇ ਇਹ ਜ਼ਰੂਰ ਹੋ ਜਾਂਦਾ, ਲੇਕਿਨ ਇੱਕ ਪਕੜ ਜਿਹੜੀ ਹੁੰਦੀ ਹੈ ਉਸ ਬੋਲੀ ਤੇ ਤੁਹਾਡੀ ਬਲੱਡ ਦੇ ਵਿੱਚ ਆ ਜਾਂਦੀ, ਆਪਣੇ ਆਪ ਹੁੰਦਾ ਉਹ ਚੀਜ਼ ਹੁੰਦੀ ਹੈ। ਮੇਰੇ ਘਰ ਚ ਹਾਲਾਂਕਿ ਬੋਲਦਾ ਕੋਈ ਵੀ ਨਹੀਂ ਹੈ, ਉਹਨਾਂ ਨੂੰ ਵੀ ਸ਼ੌਕ ਹੀ ਲੱਗਿਆ ਸੀ ਕਿ ਵੀ ਇਕਦਮ ਤੋਂ ਇਹ ਹਰਿਆਣਵੀ ਕਿੱਦਾਂ ਬੋਲਣ ਲੱਗ ਗਈ। ਬਟ ਐਨੀਵੇਜ਼ ਆਈ ਲਵ ਦੈਟ, ਬਹੁਤ ਅੱਛੀ, ਬਹੁਤ ਅੱਛੀ ਕੀਤੀ ਹੈ ਇਹ। ਜਿਹੜਾ ਇੱਕ ਉਹ ਵੀ ਹੈ ਨਾ ਕਿ ਤੁਹਾਡੀ ਵੈਸੀ ਜਿਹੜਾ ਤੁਹਾਡਾ ਇੱਕ ਟੈਲੈਂਟ ਹੈ ਜੀ, ਹੈ ਨਾ, ਤੇ ਲੈਂਗੁਏਜਸ ਨੂੰ ਕੈਚ ਕਰਨਾ, ਤੇ ਮੈਂ ਸੁਣਿਆ ਤੁਸੀਂ ਹੋਰ ਵੀ ਕੁਝ ਲੈਂਗੁਏਜਸ ਜਿਹੜੀਆਂ ਹੈਗੀਆਂ ਉਹ ਵੀ ਬੋਲ ਲੈਂਦੇ ਹੋ? ਜੀ ਮੈਂ ਫਿਲਹਾਲ ਵੈਸੇ ਤੇ ਇੱਕ ਮੂਵੀ ਆ ਰਹੀ ਹੈ ਮੇਰੀ ਜੈ ਹਿੰਦ ਸਰ, ਤੇ ਉਹਦੇ ਵਿੱਚ ਮੈਂ ਹਰਿਆਣਵੀ ਕੁੜੀ ਦਾ ਹੀ ਰੋਲ ਅਦਾ ਕੀਤਾ, ਤੇ ਉਹ ਵੀ ਏਦਾਂ ਹੀ ਹੋਇਆ ਸੀਗਾ ਕਿ ਉਹਨਾਂ ਨੂੰ ਪਤਾ ਲੱਗਿਆ ਕਿ ਮੈਨੂੰ ਇਹ ਭਾਸ਼ਾ ਆਉਂਦੀ ਹੈ ਨਾ, ਮੈਂ ਵੈਸੇ ਉਹਨਾਂ ਦੀ ਟੋਨ ਸੁਣੀ, ਮੈਂ ਕਿਹਾ ਕਿ ਤੁਸੀਂ ਮੈਨੂੰ ਲੱਗਦਾ ਕਿ ਹਰਿਆਣੇ ਦੇ ਹੋ, ਤੇ ਕਹਿੰਦੇ ਹਾਂਜੀ ਅਸੀਂ ਹਰਿਆਣੇ ਦੇ ਹਾਂ ਤੇ ਅਸੀਂ ਹਰਿਆਣਵੀ ਕੁੜੀ ਵੀ ਲੱਭ ਰਹੇ ਹਾਂ ਆਪਣੀ ਫਿਲਮ ਦੇ। ਵੈਸੇ ਮੈਂ ਉਹਨਾਂ ਨਾਲ ਇਸੇ ਭਾਸ਼ਾ ਚ ਗੱਲ ਕਰਨੀ ਸ਼ੁਰੂ ਕੀਤੀ ਤੇ ਉਹ ਸੈਕੰਡ ਲੀਡ ਹੀਰੋਇਨ ਦਾ ਸੀਗਾ ਤੇ ਉਹ ਰੋਲ ਕੁਦਰਤਨ ਮੈਨੂੰ ਉਸ ਵਕਤ ਮਿਲ ਗਿਆ। ਤੇ ਇੱਕ ਮੈਂ ਹੁਣੇ ਫਿਲਮ ਦੇਖੀ ਆਟੇ ਦੀ ਚਿੜੀ, ਉਹ ਹੈਗੀ ਆ ਨੀਰੂ ਬਾਜਵਾ ਜੀ ਔਰ ਅੰਮ੍ਰਿਤ ਮਾਨ ਜੀ, ਕਰਮਜੀਤ ਅਨਮੋਲ ਜੀ, ਉਸ ਮੂਵੀ ਦੇ ਵਿੱਚ ਮੈਂ ਬਿਹਾਰਨ ਦਾ ਰੋਲ ਕੀਤਾ। ਹੁਣ ਬਿਹਾਰੀ ਇਹ ਜੀ ਰਾਉਰ ਫੁਨਵਾ ਟੰਟਨਾ ਰਹਿ ਬਗੈ, ਦੇਖੋ ਕੋਨੋ ਛਮੀਆਂ ਕਾ ਫੁਨਵਾ ਤਾਂ ਨਹੀਂ ਨਖੇ, ਨਹੀਂ ਫਿਰ ਠੀਕ ਬਾ ਉਹ ਲੈਂਗੁਏਜ ਲੈਂਗੁਏਜ ਬੜੀ ਪਿਆਰੀ ਹੈ, ਸਾਰੀਆਂ ਭਾਸ਼ਾਵਾਂ ਬਹੁਤ ਪਿਆਰੀਆਂ। ਜਿਹੜਾ ਮਤਲਬ ਬਿਹਾਰ ਦੀ ਜਿਹੜੀ ਲੈਂਗੁਏਜ ਹੈ ਨਾ ਉਹ ਬੜੀ ਇਨੋਸੈਂਟ ਲੱਗਦੀ ਹੈ, ਇਨੋਸੈਂਟ ਲੱਗਦੀ ਹੈ ਤੇ ਉਹਦੇ ਵਿੱਚ ਫਨ ਹੈ, ਫਨ ਉਹ ਉਹਦੇ ਨਾ ਉਹਦਾ ਜਿਹੜਾ ਅੰਦਾਜ਼ ਹੈ ਉਹਨੂੰ ਬੋਲਣ ਦਾ ਜਿਹੜਾ ਤਰੀਕਾ ਉਹਦੇ ਵਿੱਚ ਹੀ ਬਹੁਤ ਜ਼ਿਆਦਾ ਫਨ ਆ। ਔਰ ਇਹ ਪਹਿਲੀ ਵਾਰ ਕਿਸੇ ਪੰਜਾਬੀ ਫਿਲਮ ਦੇ ਵਿੱਚ ਹੋ ਰਿਹਾ ਕਿ ਕੋਈ ਬਿਹਾਰੀ ਕੈਰੇਕਟਰ ਕੋਈ ਕੁੜੀ ਕਰ ਰਹੀ ਹੈ। ਹਾਂ ਅਗਰ ਬਾਲੀਵੁੱਡ ਦੀ ਗੱਲ ਕਰੀਏ, ਇਸ ਤੋਂ ਪਹਿਲਾਂ ਉੜਦਾ ਪੰਜਾਬ ਦੇ ਵਿੱਚ ਹੈ ਨਾ ਸੀਗਾ, ਬਟ ਉਹ ਬਾਲੀਵੁੱਡ ਪ੍ਰੋਜੈਕਟ, ਉਹ ਬਾਲੀਵੁੱਡ ਪ੍ਰੋਜੈਕਟ ਸੀਗਾ ਲੇਕਿਨ ਪੰਜਾਬੀ ਬਾਲੀਵੁੱਡ ਦੀ ਮੈਂ ਜੇ ਗੱਲ ਕਰਾਂ ਕਿ ਬਾਲੀ ਬਾਲੀ ਪ੍ਰੋਗਰਾਮ ਹੈ ਨਾ, ਬਾਲੀ ਬਾਲੀ ਬਸ ਕਿਆ ਬਾਤ ਹੈ। ਅੱਛਾ ਅਗਲੇ ਦਰਸ਼ਕ ਆਪਣੇ ਨਾਲ ਉਹਨਾਂ ਦਾ ਸਵਾਗਤ ਕਰਦੇ ਹਾਂ, ਸਤਿ ਸ਼੍ਰੀ ਅਕਾਲ ਜੀ। ਹੈਲੋ ਇਹ ਨਿਕਲ ਲੇ, ਖੈਰ ਕੋਈ ਗੱਲ ਨਹੀਂ,
ਵੈਸੇ ਤਾਂ ਅੱਜਕਲ ਫੋਨ ਸਾਰਿਆਂ ਨੂੰ ਫ੍ਰੀ ਹੋ ਗਿਆ, ਮੈਨੂੰ ਇੰਨਾ ਕੁ ਮਤਲਬ ਉਹ ਹੋ ਗਿਆ ਨਾ, ਆਪਾਂ ਗੱਲ ਕਿਹੜੀ ਕਰ ਰਹੇ ਸੀ ਉੱਥੋਂ ਕਿੱਥੇ ਆਏ ਤੇ ਮਤਲਬ ਕਿਹੜੀ ਰਹਿ ਗਈ ਕਿਹੜੀ ਚੱਲ ਗਈ, ਬਟ ਚਲੀ ਜਾਂਦਾ ਮੇਰੇ ਗੱਲ ਨਾਲ ਕਾਲ ਦੀ ਵੀ ਬਰਸਾਤ ਹੋ ਰਹੀ ਹੈ ਉਧਰੋਂ, ਆਪਾਂ ਹੋਲਡ ਵੀ ਕਰਾ ਰਹੇ ਅਗਲੇ ਦਰਸ਼ਕ ਨੇ ਆਪਣਾ। ਸਤਿ ਸ਼੍ਰੀ ਅਕਾਲ ਜੀ। ਹੈਲੋ। ਹਾਂਜੀ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ। ਨਾਮ? ਹਾਂਜੀ ਸ਼ੇਖਰ ਭਾਈ, ਮੈਂ ਨਾ ਪਹਿਲਾਂ ਫੋਨ ਕੀਤਾ ਤੇ ਮੈਂ ਤੁਹਾਡੇ ਕੋ ਗਾਣਾ ਸੁਣਨਾ ਵਾ। ਇਹ ਨਾ ਗਾਣਾ ਸੁਣਨਾ ਹੈ? ਮੇਰੇ ਕੋਲੋਂ ਸੁਣਨਾ? ਮੇਰੇ ਕੋਲੋਂ ਕਿਹੜਾ ਗਾਣਾ ਸੁਣਨਾ? ਉਹ ਲੈ ਮੇਰੇ ਲਈ ਕਾਲ ਆਈ ਹੈ, ਕਿਆ ਬਾਤ ਹੈ, ਕਿਆ ਬਾਤ ਹੈ, ਥੈਂਕ ਯੂ। ਅੱਛਾ, ਮੇਰੇ ਤੋਂ ਗਾਣਾ ਸੁਣਨਾ ਯਾਰ? ਮੈਨੂੰ ਤੇ ਆਂਦਾ ਨੀ ਹੈ ਗਾਣਾ ਵੀਰੇ। ਨਹੀਂ, ਇੰਨੇ ਗਾਣੇ ਤੁਸੀਂ ਸੁਣਦੇ ਹੋ, ਕੋਈ ਨਾ ਕੋਈ ਸੁਣਾ ਦੋ ਕੋਈ। ਇੰਨੇ ਗਾਣਿਆਂ ਦਾ ਤੁਸੀਂ ਇੰਟਰਵਿਊ ਕਰਦੇ ਹੋ, ਤੁਸੀਂ ਖੁਦ ਗਾਣਾ ਕਦੀ ਸੁਣਾਇਆ ਹੀ ਨਹੀਂ। ਇਹ ਤੁਹਾਨੂੰ ਸਿੰਗਰ ਬਣਾ ਕੇ ਹਟਣਗੇ, ਮੈਨੂੰ ਸਿੰਗਰ ਬਣਾ ਕੇ ਹਟਣਗੇ ਹਨਾ। ਤੇ ਕਿਹੜਾ ਗਾਣਾ? ਕਿਸ਼ਨ ਜੀ, ਕਿਸ਼ਨ ਜੀ, ਤੁਸੀਂ ਕਹਿ ਤੇ ਦੋ ਨਾ, ਜਦੋਂ ਕੋਈ ਸੁਣ ਲੈ ਕੋਈ ਕਹਿ ਦੇਵੇ ਨਾ ਫਿਰ ਮੈਨੂੰ ਯਾਦ ਆਉਣਾ। ਤੁਸੀਂ ਕਹੋ ਤੇ ਸਹੀ ਨਾ ਉਹਨਾਂ ਨੂੰ ਕਿਹੜਾ ਗਾਣਾ ਗਾਉਣ ਉਹ। ਗਾਣਾ ਕੋਈ ਮਤਲਬ ਜਿਸ ਤਰ੍ਹਾਂ ਤੁਹਾਨੂੰ ਵਧੀਆ ਲੱਗਦਾ। ਪਹਿਲੇ ਲਲਕਾਰੇ ਨਾਲ ਮੈਂ ਡਰ ਗਈ, ਦੂਜੇ ਲਲਕਾਰੇ ਨਾਲ ਫਿਰ ਡਰ ਗਈ। ਅਸੀਂ ਆਪਣਾ ਚਲੋ ਗਾਓ, ਮੈਂ ਗਾਉਂਗਾ। ਮੈਨੂੰ ਨਹੀਂ ਆਉਂਦਾ, ਮੈਂ ਤੇ ਤੁਹਾਨੂੰ ਤੀਜੇ ਲਲਕਾਰੇ ਨਾਲ ਅੰਦਰ ਵੜ ਗਈ। ਤੀਜੇ ਲਲਕਾਰੇ ਨਾਲ ਨਾਮ ਮੇਰਾ ਲੈ ਕੇ ਸਿੱਧਾ ਜਾਣ ਕਿਧਰ ਆ ਗਈ? ਤੀਜੇ ਲਲਕਾਰੇ ਨਾਲ ਵਾਪਸ ਅੰਦਰ ਵੜ ਗਈ। ਉਹ ਪਹਿਲਾ ਕੰਮ ਬੈਲੀਆਂ ਦੇ ਬੈਲ ਖੱਟਣੇ, ਦੂਜਾ ਕੰਮ ਬੋਤਲਾਂ ਦੇ ਡੱਟ ਪੱਟਣੇ, ਤੀਜਾ ਕੰਮ ਲੈਣੀ ਆਪਾਂ ਮੁੱਲ ਦੀ ਲੜਾਈ, ਕੋਈ ਆਣ ਕੇ ਮਾਈ ਦਾ ਲਾਲ ਟੱਕਰੇ ਨੀ ਤੇਰੇ ਦਰ ਤੇ। ਮੈਨੂੰ ਇੰਨਾ ਕੀ ਆਉਂਦਾ, ਤੁਹਾਡੀ ਫਰਮਾਇਸ਼ ਪੂਰੀ ਕਰ ਲਓ। ਅਗਲੀ ਵਾਰ ਨੈਕਸਟ ਪ੍ਰੋਗਰਾਮ ਤੇ ਨਾ ਤਿਆਰੀ ਕਰਕੇ ਆਇਓ। ਹਾਂਜੀ, ਥੈਂਕ ਯੂ ਸੋ ਮਚ ਭਾਜੀ, ਹੁਣ ਆਪਾਂ ਵਟਸਐਪ ਤੇ ਮਿਲਦੇ ਹਾਂ। ਖੈਰ, ਸਫ਼ਰ ਤੁਹਾਡਾ ਇੰਨਾ ਲੰਬਾ ਮੇਰੇ ਖਿਆਲ ਨਾਲ, ਜਿਹੜਾ ਸਾਡਾ ਸਮਾਂ ਹੈਗਾ ਉਹ ਉਨਾ ਨੀ ਹੈਗਾ ਜਿੰਨਾ ਸਫ਼ਰ ਤੁਹਾਡਾ ਲੰਬਾ ਰਿਹਾ, ਔਰ ਅਮੇਜ਼ਿੰਗ ਹੈ, ਬਹੁਤ ਛੋਟੀ ਉਮਰ ਤੋਂ ਤੁਸੀਂ ਸ਼ੁਰੂਆਤ ਕੀਤੀ। ਇੱਕ ਸਵਾਲ ਹੈਗਾ ਜਿਹੜਾ ਸ਼ਾਇਦ ਬਹੁਤ ਸਾਰੇ ਲੋਕ ਜਾਣਨਾ ਚਾਹੁੰਦੇ ਹੋਣਗੇ, ਇਹ ਕਿਸੇ ਦੀ ਮੋਟੀਵੇਸ਼ਨ ਸੀਗੀ ਤੁਹਾਨੂੰ, ਜਾਂ ਕਿਸੇ ਤੋਂ ਇੰਸਪਾਇਰ ਹੋਏ ਸੀਗੇ ਤੁਸੀਂ, ਜਾਂ ਫਿਰ ਬਚਪਨ ਤੋਂ ਇੱਕ ਕਹਿੰਦੇ ਨਾ ਸ਼ੌਂਕ ਹੁੰਦਾ ਕਿ ਕੁਝ ਏਦਾਂ ਦਾ ਕਰਨਾ, ਉਹ ਸੀਗਾ, ਇਹ ਕਿਵੇਂ ਹੋਇਆ? ਇਹ ਟੈਲੈਂਟ ਕਿਧਰੋਂ ਨਾ ਕਿਧਰੋਂ ਇਨਬੋਰਨ, ਇਨ ਗਿਫਟ ਏਦਾਂ ਦਾ ਕੁਝ ਹੁੰਦਾ, ਉਹ ਤੁਹਾਨੂੰ ਪਰਿਵਾਰ ਦੇ ਵਿੱਚੋਂ ਕਿਧਰੋਂ ਨਾ ਕਿਧਰੋਂ ਮਿਲਦਾ। ਮੇਰੇ ਮੰਮਾ ਬਹੁਤ ਵਧੀਆ ਸਿੰਗਰ ਨੇ, ਮੇਰੀ ਮਦਰ, ਉਹ ਮੈਂ ਉਹਨਾਂ ਨੂੰ ਬਚਪਨ ਤੋਂ ਹੀ ਦੇਖਿਆ ਕਿ ਉਹ ਕੋਈ ਵੀ ਪੁਰਾਣੇ ਗਾਣੇ ਹੁੰਦੇ ਸੀ, ਬਹੁਤ ਸੁਰੀਲਾ, ਬਹੁਤ ਖੂਬਸੂਰਤ ਗਾਉਂਦੇ ਨੇ, ਤੇ ਘਰ ਦੇ ਵਿੱਚ ਵੀ ਤੁਰਦੇ ਫਿਰਦੇ ਉਹਨਾਂ ਨੇ ਗਾਈ ਜਾਣਾ ਹੈ ਨਾ, ਹਲਕਾ ਹਲਕਾ ਕੁਛ ਵੀ, ਔਰ ਬਹੁਤ ਸੁਰੀਲਾ, ਬਹੁਤ ਖੂਬਸੂਰਤ, ਬੜੀ ਮਿਠਾਸ ਦੇ ਵਿੱਚ। ਸੋ ਉਹ ਆਵਾਜ਼ ਜਿਹੜੀ ਉਹਨਾਂ ਦੀ ਸੀਗੀ, ਉਹਦੇ ਵੱਲ ਮੇਰੀ ਅਟ੍ਰੈਕਸ਼ਨ ਸੀਗੀ, ਪਰ ਫਿਰ ਉਹ ਇੰਟਰਸਟ ਗਿਆ ਉੱਥੋਂ ਦੀ ਵੀ, ਇਹ ਚੀਜ਼ਾਂ ਆਉਂਦੀਆਂ ਕਿੱਥੋਂ ਨੇ, ਇਹ ਟੀਵੀ ਹੈ, ਇਹ ਸਿਨੇਮਾ ਹੈ। ਔਰ ਜਿਸ ਦੌਰ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਕਿ ਮੈਂ ਸ਼ੁਰੂਆਤ ਕੀਤੀ, ਉਦੋਂ ਕੋਈ ਚੈਨਲਸ ਨਹੀਂ ਸੀ ਹੁੰਦੇ, ਉਦੋਂ ਪੁਰਾਣੇ ਗਾਣੇ ਜ਼ਿਆਦਾਤਰ ਉਹ ਡੀਡੀ ਚੈਨਲ ਚੱਲਦਾ ਹੁੰਦਾ ਸੀਗਾ, ਤੇ ਉਹਦੇ ਉੱਤੇ ਸਭ ਕੁਝ ਹੁੰਦਾ ਸੀ, ਬਟ ਮੈਨੂੰ ਕੋਈ ਹਰਜ ਨੀ ਹੈ, ਔਰ ਮੈਂ ਬੜਾ ਖੂਬਸੂਰਤ ਟਾਈਮ ਦੇਖਿਆ, ਮੈਂ ਖੂਬਸੂਰਤ ਸਮਾਂ ਦੇਖਿਆ, ਔਰ ਮੈਂ ਆਪਣੀ ਉਮਰ ਦੇ ਮੁਤਾਬਕ ਮੈਨੂੰ ਰੋਲਸ ਵੀ ਆਫਰ ਹੁੰਦੇ ਨੇ, ਔਰ ਉਸ ਤੋਂ ਯੰਗ ਰੋਲਸ ਵੀ ਆਫਰ ਹੁੰਦੇ ਆ, ਤੇ ਆਪਣੇ ਆਪ ਨੂੰ ਮੇਨਟੇਨ ਕਰਕੇ ਰੱਖਣਾ ਇਹ ਸਭ ਤੋਂ ਵਧੀਆ ਗੱਲ ਹੁੰਦੀ ਹੈ। ਬਟ ਅਸੀਂ ਗੱਲ ਵਾਪਸ ਉਸ ਟਰੈਕ ਦੀ ਕਰਾਂਗੇ ਜਿਸ ਦੀ ਆਪਾਂ ਕਰ ਰਹੇ ਸੀ, ਕਿ ਮੈਂ ਕਿੱਥੋਂ ਇਹ ਚੀਜ਼ ਮੇਰੇ ਵਿੱਚ ਆਈ। ਇਟ ਇਜ਼ ਮੇਨਲੀ ਆਈ ਗੋਟ ਇਟ ਆਲ ਫਰੋਮ ਮਾਈ ਮਦਰ। ਮੇਰੇ ਮਦਰ ਬਹੁਤ ਟੈਲੈਂਟਡ ਨੇ, ਚਾਹੇ ਉਹ ਕੋਈ ਵੀ ਚੀਜ਼ ਹੈ, ਚਾਹੇ ਉਹ ਕੁਕਿੰਗ ਹੈ, ਚਾਹੇ ਉਹ ਸਿੰਗਿੰਗ ਹੈ, ਉਹ ਘਰ ਕਹਿੰਦੇ ਨਾ, ਮੇਰੀ ਮੰਮਾ ਨੇ ਮੈਨੂੰ ਤਿੰਨ ਚੀਜ਼ਾਂ ਕਹੀਆਂ ਕਿ ਰਹਿਣਾ, ਬਹਿਣਾ ਤੇ ਸਹਿਣਾ, ਜੋ ਇਹ ਤਿੰਨ ਚੀਜ਼ਾਂ ਕਿਸੇ ਖਾਸ ਤੌਰ ਤੇ ਕੁੜੀ ਨੂੰ ਇਹ ਬਹੁਤ ਜ਼ਰੂਰਤ ਹੁੰਦੀ ਹੈ, ਉਹਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਜ਼ਰੂਰਤ ਹੈ, ਜੇ ਉਹਨੂੰ ਆ ਜਾਵੇ ਤੇ ਉਹਦੀ ਲਾਈਫ ਪਰਫੈਕਟ ਹੋ ਜਾਏਗੀ। ਰਹਿਣਾ ਬਹਿਣਾ ਤੇ ਸਹਿਣਾ, ਸਹਿਣਾ ਮਤਲਬ ਪੇਸ਼ੈਂਸ, ਪੇਸ਼ੈਂਸ ਵੀ ਬਹੁਤ ਜ਼ਰੂਰੀ ਹੈ, ਔਰ ਮੇਰੇ ਖਿਆਲ ਨਾਲ ਫੀਮੇਲ ਦੇ ਵਿੱਚ, ਫੀਮੇਲਸ ਦੇ ਵਿੱਚ, ਸਾਰਿਆਂ ਦੇ ਵਿੱਚ ਪੇਸ਼ੈਂਸ ਜਿਹੜੀਆਂ ਉਹ ਕਾਫੀ ਦੇਖਣ ਨੂੰ ਮਿਲਦੀਆਂ ਵੀ, ਤੇ ਮੇਰੇ ਖਿਆਲ ਨਾਲ ਉਹਨਾਂ ਮੇਲਸ ਅਸੀਂ ਬੀਅਰ ਨਹੀਂ ਕਰ ਸਕਦੇ ਜਿੰਨਾ ਕੁਛ ਇੱਕ ਫੀਮੇਲ ਕਰ ਲੈਂਦੀ, ਬੀਅਰ ਕਰ ਲੈਂਦੀ ਹੈ, ਬਟ ਮੇਰੇ ਵਿੱਚ ਜੋ ਪੇਸ਼ੈਂਸ ਆਈ ਹੈ ਨਾ, ਉਹ ਮੇਰੇ ਮੰਮਾ ਨੇ ਮੈਨੂੰ ਸਿਖਾਇਆ ਜ਼ਰੂਰ, ਪਰ ਮੈਂ ਸਿੱਖੀ ਆਪਣੇ ਬ੍ਰਦਰ ਤੋਂ ਆ। ਇਹ ਪੇਸ਼ੈਂਸ ਮੇਰੇ ਵਿੱਚ ਮੇਰੇ ਭਰਾ ਤੋਂ ਆਈ ਹੈ, ਸਮਿਤ ਤੋਂ, ਕਿਉਂਕਿ ਉਹ ਬੜੇ ਠਹਿਰਾਵ ਵਾਲਾ ਬੰਦਾ ਹੈ, ਬੜਾ ਇੱਕ ਇਨਸਾਨ ਹੁੰਦੇ ਨਾ ਕੁਛ ਕਿ ਅਸੀਂ ਬੜੇ ਕੁੜੀਆਂ ਚ ਹੁੰਦਾ ਵੈਸੇ ਕਿ ਹਏ ਹੋਇਆ ਨੀ, ਇਹ ਕੰਮ ਨੀ ਹੋ ਰਿਹਾ, ਇੱਦਾਂ ਕਿਉਂ ਨੀ ਹੋ ਰਿਹਾ। ਉਹਨੇ ਕਿਧਰੇ ਨਾ ਕਿਧਰੇ ਮੈਨੂੰ ਲਾਈਫ ਚ ਟੀਚ ਕੀਤਾ ਛੋਟੀਆਂ ਛੋਟੀਆਂ ਗੱਲਾਂ ਦੇ ਨਾਲ। ਉਹ ਬੋਲਦੇ ਨੀ ਹੈ ਡਾਇਰੈਕਟ, ਤੁਹਾਨੂੰ ਕੁਛ ਨੀ ਸਮਝਾਉਂਦੇ, ਪਰ ਉਹ ਗੱਲ ਹੀ ਇੱਦਾਂ ਦੀ ਕਰ ਜਾਂਦੇ ਕਿ ਤੁਹਾਨੂੰ ਆਪੇ ਸਮਝ ਆ ਜਾਂਦਾ। ਦੈਟਸ ਅਮੇਜ਼ਿੰਗ, ਮੇਰੇ ਖਿਆਲ ਨਾਲ ਇਹ ਵੀ ਇੱਕ ਵੱਡੀ ਕੁਆਲਿਟੀ ਹੁੰਦੀ ਹੈ। ਅੱਛਾ, ਅਗਲੇ ਦਰਸ਼ਕ ਆਪਣੇ ਨਾਲ ਨੇ, ਉਹਨਾਂ ਦਾ ਸਵਾਗਤ ਕਰਦੇ। ਸਤਿ ਸ਼੍ਰੀ ਅਕਾਲ ਜੀ।
ਹਾਂਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਚ। ਆਪਣਾ ਨਾਮ ਦੱਸ ਦਿਓ ਤੇ ਕਿਹੜੀ ਜਗ੍ਹਾ ਤੋਂ ਗੱਲ ਕਰ ਰਹੇ? ਮੇਰਾ ਨਾਮ ਰੁਪਿੰਦਰ ਕੌਰ ਹੈ, ਮੈਂ ਸਿਰਸਾ ਹਰਿਆਣਾ ਤੋਂ ਬੋਲਦੀ। ਰੁਪਿੰਦਰ ਜੀ, ਹੁਣ ਤੁਹਾਡੀ ਗੱਲ ਕਰ ਰਹੇ ਪ੍ਰੀਤੋ ਜੀ, ਹਰਿਆਣੇ ਸ਼ਹਿਰ ਸੇ ਬੋਲਣ ਲੱਗ ਰਹੇ ਹੋ? ਹਾਂਜੀ, ਬੋਲਣ ਦਾ ਹਰਿਆਣਵੀ ਭਾਸ਼ਾ ਆਉਂਦੀ ਮੈਨੂੰ, ਪਰ ਮੈਂ ਪੰਜਾਬੀ ਬੋਲਦੇ ਸਾਹਮਣੇ ਆ, ਗੁਲਾਬੋ ਬਣ ਕੇ ਆਈ ਆ। ਹਾਂਜੀ ਹਾਂਜੀ, ਮੈਂ ਤੁਹਾਡੇ ਨਾ ਮੈਂ ਬਹੁਤ ਵੱਡੀ ਫੈਨ ਆ। ਤੁਸੀਂ ਜਿੰਨਾ ਮਿੱਠਾ ਬੋਲਦੇ ਹੋ ਓਨਾ ਤੁਸੀਂ ਕਿਊਟ ਹੋ, ਤੁਸੀਂ ਸੋਹਣੇ ਕਿੰਨੇ ਹੋ। ਥੈਂਕ ਯੂ। ਤੇ ਤੁਹਾਡੇ ਅਸੀਂ ਫਿਲਮਾਂ ਵੇਖਦੇ ਆ ਨਾ, ਤੁਹਾਡੀ ਐਕਟਿੰਗ ਬਹੁਤ ਘੈਂਟ ਆ ਮੈਡਮ, ਬਹੁਤ ਵਧੀਆ ਹੈ ਤੁਹਾਡੀ ਐਕਟਿੰਗ ਚ, ਦਮ ਆ ਇੱਕ, ਬਹੁਤ ਜ਼ਿਆਦਾ ਦਮ ਜਿਹਨੂੰ ਕਹਿੰਦੇ ਆ। ਤੇ ਜਿਹੜੀ ਤੁਹਾਡੀ ਇੱਕ ਫਿਲਮ ਹੈ ਵਿਆਹ 70 ਕਿਲੋਮੀਟਰ, ਉਹ ਮੈਂ ਬਹੁਤ ਲਾਈਕ ਕਰਦੀ, ਜਿਹਦੇ ਵਿੱਚ ਤੁਸੀਂ ਕਹਿੰਦੇ ਮੇਰੇ ਵੀ ਇੱਦਾਂ ਵਿਆਹ, ਮੈਨੂੰ ਗੋਡੇ ਗੋਡੇ, ਉਹ ਬਹੁਤ ਵਧੀਆ ਲੱਗਦਾ ਮੈਡਮ। ਜਿਹੜੀ ਕੈਰੀ ਓਨ ਜੱਟਾ ਉਹ ਵੀ ਬਹੁਤ ਵਧੀਆ ਲੱਗਦੀ, ਵੈਸੇ ਸਾਰੇ ਮਤਲਬ ਜਿਹੜੇ ਤੁਹਾਡੇ ਟੀਵੀ ਸ਼ੋ ਆਉਂਦੇ ਸੀ, ਇੱਕ ਪ੍ਰੋਗਰਾਮ ਆਉਂਦਾ ਹੁੰਦਾ ਸੀ ਮੇਰੇ ਖਿਆਲ ਨਾਲ ਪੰਜਾਬੀ ਦੇ ਜੀ, ਪੀਟੀਸੀ ਦੇ ਪ੍ਰੀਤੋ ਟੌਪ 10 ਪ੍ਰੋਗਰਾਮ। ਹਾਂਜੀ ਹਾਂਜੀ, ਪ੍ਰੀਤੋ ਵਾਲਾ, ਉਹ ਵੀ ਮੈਂ ਬਹੁਤ ਵੇਖਿਆ ਤਾ। ਵਾਹ ਜੀ ਵਾਹ, ਤੁਸੀਂ ਤੇ ਬਹੁਤ ਜ਼ਿਆਦਾ ਮੈਨੂੰ ਇੰਨਾ ਵੇਖ ਚੁੱਕੇ ਅਰੇ ਸੱਚੀ, ਮੈਨੂੰ ਬੜਾ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਤੁਸੀਂ ਮੈਨੂੰ ਕਾਲ ਕੀਤਾ। ਇਹ ਕਾਲ ਮੈਂ ਮਿਸ ਕਰ ਜਾਂਦੀ ਤੇ ਪਤਾ ਨੀ ਕਦੋਂ ਮੇਰਾ ਰਾਬਤਾ ਹੋਣਾ ਸੀ, ਕਦੋਂ ਮੁਲਾਕਾਤ ਹੋਣੀ ਸੀ ਤੁਹਾਡੇ ਨਾਲ। ਮੈਡਮ ਉਹ ਡਾਇਲੋਗ ਮੇਰੀ ਬੇਟੀ ਕਹਿ ਰਹੀ ਕਿ ਉਹ ਡਾਇਲੋਗ ਸੁਣਾ ਦੋ ਮੇਰੇ ਵੀਰ ਦਾ ਵਿਆਹ। ਅੱਛਾ, ਜ਼ਰੂਰ ਜ਼ਰੂਰ, ਇਹ ਤੁਹਾਡੀ ਬੇਟੀ ਨੂੰ ਡੈਡੀਕੇਟਡ ਆ। ਹਾਂਜੀ ਹਾਂਜੀ, ਮੇਰੇ ਵੀਰ ਦਾ ਵਿਆਹ ਮੈਨੂੰ ਗੋਡੇ ਗੋਡੇ ਚਾ, ਮੇਰੇ ਵੀਰ ਦਾ ਵਿਆਹ ਮੈਨੂੰ ਗੋਡੇ ਗੋਡੇ ਚਾ, ਬਸ ਇੰਨਾ ਕੀ ਡਾਇਲੋਗ ਸੀ ਇਹ। ਹਾਂਜੀ ਹਾਂਜੀ, ਉਹ ਮੈਡਮ ਮੈਂ ਕਹਿੰਦੀ ਆ, ਮੈਂ ਤੁਹਾਨੂੰ ਵਿਸ਼ ਕਰਦੀ ਆ ਕਿ ਤੁਹਾਡੀ ਜਿਹੜੀ ਲਾਈਫ ਆ ਬਹੁਤ ਵਧੀਆ, ਤੁਸੀਂ ਚੰਗੀਆਂ ਚੰਗੀਆਂ ਫਿਲਮਾਂ ਕਰੋ, ਵਧੀਆ ਪ੍ਰੋਗਰਾਮ ਕਰੋ, ਅਸੀਂ ਤੁਹਾਨੂੰ ਵੇਖੀਏ, ਇੰਜੋਏ ਕਰੀਏ। ਮੇਰੀ ਟੀਵੀ ਸੀ ਹੀ ਆ ਮੈਡਮ, ਗੱਲਬਾਤ ਕਰਨ ਵਾਸਤੇ ਬਹੁਤ ਵਧੀਆ ਲੱਗਾ ਮੈਡਮ, ਤੁਹਾਡੇ ਨਾਲ ਬਹੁਤ ਵਧੀਆ ਲੱਗਾ ਮੈਨੂੰ। ਤੁਸੀਂ ਮੈਨੂੰ ਮੈਡਮ ਨਾ ਕਹੋ, ਤੁਸੀਂ ਮੈਨੂੰ ਆਪਣੀ ਧੀ ਕਹਿ ਕੇ ਬੁਲਾ ਸਕਦੇ ਹੋ? ਨਹੀਂ ਵੇਖਿਓ, ਮੇਰੀ ਤਾਂ ਉਮਰ ਹੀ ਤੁਹਾਡੀ ਜਿੰਨੀ ਹੈ। ਨਹੀਂ 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 ਨਹੀਂ, ਮੇਰੀ ਉਮਰ ਜ਼ਿਆਦਾ ਨੀ ਹੈਗੀ। ਬਸ ਠੀਕ ਹੈ, ਫਿਰ ਆਪਾਂ ਭੈਣਾਂ ਠੀਕ ਆ, ਫਿਰ ਭੈਣਾਂ ਠੀਕ ਆ। ਉਹ ਸਿਸਟਰ ਵਾਲਾ ਆਪਣਾ ਹੋ ਸਕਦਾ, ਮੇਰੀ ਵੀ ਉਮਰ ਇੰਨੀ ਜ਼ਿਆਦਾ ਨੀ ਹੈਗੀ, ਮੈਂ ਠੀਕ ਆ। ਬਸ ਠੀਕ ਹੈ, ਫਿਰ ਆਪਾਂ ਭੈਣਾਂ ਠੀਕ ਆ ਬਈ, ਦੇਖ ਲੋ ਸ਼ੇਖਰ। ਹਾਂ ਬਿਲਕੁਲ, ਅੱਜ ਤਾਂ ਮੇਰੀ ਟੀਵੀ ਬੋਲੀ ਸਿਸਟਰ। ਥੈਂਕ ਯੂ ਮੈਡਮ, ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਵਧੀਆ ਲੱਗਾ, ਬਹੁਤ ਵਧੀਆ ਲੱਗਿਆ। ਥੈਂਕ ਯੂ ਮੈਡਮ, ਥੈਂਕ ਯੂ ਸੋ ਮਚ ਜੀ, ਥੈਂਕ ਯੂ ਸੋ ਮਚ ਕਾਲ ਕਰਨ ਲਈ। ਤੇ ਮੇਰੇ ਖਿਆਲ ਨਾਲ ਗੱਲਾਂ ਦਾ ਸਫ਼ਰ ਤਾਂ ਆਪਾਂ ਤੁਹਾਡੇ ਨਾਲ 2-3 ਘੰਟੇ ਹੋਰ ਬਿਤਾ ਸਕਦੇ ਹਾਂ, ਪਰ ਇੱਥੇ ਟਾਈਮ ਹੋ ਗਿਆ, ਇੱਕ ਛੋਟਾ ਜਿਹਾ ਬ੍ਰੇਕ ਲੈ ਆਉਂਦਾ ਹੈ ਨਾ, ਤਾਂ ਫਿਰ ਕਿਤੇ ਨੀ ਜਾਣਾ, ਤੁਸੀਂ ਟਿੱਕ ਕੇ ਬੈਠੇ ਰਹੋ ਫੋਨ ਦੇ ਕੋਲੇ ਤੇ ਨੰਬਰ ਟਰਾਈ ਕਰਦੇ ਰਹੋ, ਆਪਾਂ ਹੁਣੇ ਆਏ ਇਸ ਬ੍ਰੇਕ ਤੋਂ ਬਾਅਦ ਫਿਰ ਗੱਲ ਕਰਾਂਗੇ ਤੁਹਾਡੀ। ਸੋਹਣਾ ਨਾ ਲੱਗਿਆ ਕਰ ਮੁੰਡਿਆ, ਤੈਨੂੰ ਨਜ਼ਰਾਂ ਨਾ ਲੱਗ ਜਾਣ। ਪ੍ਰੋਗਰਾਮ ਮਸਤੀ ਕੈਂਪਸ ਦੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸਿਰਫ ਤੇ ਸਿਰਫ ਗਰ ਪੰਜਾਬ ਤੇ। ਤੁਹਾਡਾ ਜਨੂੰਨ ਹੀ ਸਾਡਾ ਸਕੂਨ, ਭਾਵੇਂ ਹੋਵੇ ਕੰਮ ਦਾ ਦਸੰਬਰ ਜਾਂ ਫਿਰ ਤਪਦਾ ਜੂਨ ਹੈ। ਸਲਿਊਟ ਸਵੀਕਾਰੋ ਸਾਡਾ, ਤੁਸੀਂ ਸ਼ਾਨ ਵਧਾਈ ਹੈ ਦੇਸ਼ ਦੀ, ਪਰਵਾਹ ਨਹੀਂ ਕੀਤੀ ਕਦੇ ਤੁਸੀਂ ਖੁਦ ਨੂੰ ਲੱਗੀ ਠੇਸ ਦੀ। ਤੁਹਾਡੇ ਨਾਲ ਹੀ ਤਾਂ ਹਰ ਦਿਨ ਬਣ ਜਾਂਦਾ ਸਾਡਾ ਖਾਸ ਪਰਵ ਹੈ। ਦੇਸ਼ ਦਾ ਭਲਾ ਕਰਨ ਵਾਲਿਓ, ਸਾਨੂੰ ਤੁਹਾਡੇ ਤੇ ਗਰਵ ਹੈ, ਗਰਵ ਹੈ, ਗਰਵ ਹੈ। ਪੰਜਾਬੀਆਂ ਦੀ ਕਾਰ ਦੇਸ਼ਾਂ ਵਿੱਚ ਪੂਰਾ।
ਵੇਖੋ ਪ੍ਰੋਗਰਾਮ ਸੈਰ ਪੰਜਾਬ ਦੀ ਸ਼ਨੀਵਾਰ ਤੇ ਐਤਵਾਰ ਰਾਤ 9 ਵਜੇ ਸਿਰਫ ਤੇ ਸਿਰਫ ਗਰਵ ਪੰਜਾਬ ਦੀ। ਇਹ ਰਿਸ਼ਤਾ ਹੁਣ ਜਿਸਮਾਂ ਦਾ ਨਹੀਂ ਰੂਹਾਂ ਦਾ ਬਣ ਚੁੱਕਿਆ ਹੈ। ਉੱਥੇ ਗੱਡੀਆਂ ਵਾਲੀਆਂ ਹੀ ਹੋਈਆਂ ਨਾ, ਐਵੇਂ ਨੀ ਤੁਰੀਆਂ ਫਿਰਦੀ ਆ ਪਿੰਡ ਚ, ਇੱਥੇ ਸਾਡਾ ਗਹਿਣਾ ਗੱਟਾ ਹੈ। ਜਿੰਨੀਆਂ ਤਿੱਖੀਆਂ ਨਾ ਉਨੀਆਂ ਹੀ ਛਿਦਕਦੀਆਂ ਵੀ ਪੱਕੀਆਂ ਆ। ਪਰ ਕੀ ਕਰੀਏ, ਪਾਪੀ ਪੇਟ ਵੀ ਤਾਂ ਪਾਲਣਾ। ਕਈ ਵਾਰ ਅਸੀਂ ਵਕਤ ਨੂੰ ਗੋਲਿਆ ਕਰ ਦਿੰਦੇ ਹਾਂ, ਪਰ ਵਕਤ ਆਪਣੇ ਆਪ ਨੂੰ ਫਿਰ ਦੁਹਰਾ ਦਿੰਦਾ ਹੈ। ਜੇਕਰ ਤੁਸੀਂ ਰੋਜ਼ਮਰ੍ਹਾ ਦੇ ਕੰਮ ਕਾਰਨ ਪਿੱਠ ਦੇ ਦਰਦ, ਗਰਦਨ ਦੇ ਦਰਦ ਤੋਂ ਪਰੇਸ਼ਾਨ ਹੋ, ਜੇਕਰ ਆਫਿਸ ਦੇ ਵਿੱਚ ਲਗਾਤਾਰ ਬੈਠਣ ਕਾਰਨ ਤੁਹਾਨੂੰ ਪਿੱਠ ਦੇ ਦਰਦ ਦੇ ਵਿੱਚ ਹੈ, ਬਰਦਾਸ਼ਤ ਤੋਂ ਬਾਹਰ ਦਰਦ, ਜਾਂ ਫਿਰ ਰੀੜ੍ਹ ਦੀ ਹੱਡੀ ਦੇ ਮਣਕੇ ਤੱਕ ਖਿਲ ਚੁੱਕੇ ਨੇ ਤੇ ਤੁਹਾਨੂੰ ਸਿਰਫ ਦਵਾਈਆਂ ਦੇ ਸਹਾਰੇ ਜ਼ਿੰਦਗੀ ਬਤੀਤ ਕਰਨੀ ਪੈ ਰਹੀ ਹੈ, ਤਾਂ ਹੁਣ ਤੁਹਾਡੀ ਤਕਲੀਫ ਦਾ ਇਲਾਜ ਤੁਹਾਡੇ ਲਈ ਲੈ ਕੇ ਆਇਆ। ਇਸ ਦਾਅਵੇ ਦੇ ਨਾਲ ਕਿ ਜਿਹੜਾ ਪੁਰਾਣੇ ਤੋਂ ਪੁਰਾਣੇ ਦਰਦ ਦਾ ਇਲਾਜ ਤੁਸੀਂ ਦਵਾਈਆਂ ਅਤੇ ਇੰਜੈਕਸ਼ਨਾਂ ਚ ਲੱਭਦੇ ਹੋ, ਬਿਨਾਂ ਕਿਸੇ ਦਵਾਈ ਤੋਂ ਸਿਰਫ ਥੈਰੇਪੀ ਨਾਲ, ਤੁਸੀਂ ਇਸ ਦਰਦਨਾਕ ਦਰਦ ਤੋਂ 7 ਤੋਂ 10 ਦਿਨ ਦੇ ਵਿੱਚ ਪੱਕਾ ਹੀ ਛੁਟਕਾਰਾ ਪਾ ਸਕਦੇ ਹੋ ਤੇ ਲੋੜ ਹੈ ਸਿਰਫ ਇਹਨਾਂ ਨੰਬਰਾਂ ਤੇ ਕਾਲ ਕਰਨ ਦੀ। ਸਲਾਹ ਤੋਂ ਬਾਅਦ ਤੁਸੀਂ ਇਸ ਪਤੇ ਤੇ ਮਿਲ ਵੀ ਸਕਦੇ ਹੋ। ਹਿਊਮਨ ਪੇਨ ਕੇਅਰ ਸੈਂਟਰ, 2454 ਸੈਕਟਰ 44, ਚੰਡੀਗੜ੍ਹ। ਸਵੇਰ ਦੀ ਚਾਹ ਬਿਨਾਂ ਮਗਨ ਨਾ ਭਈ ਨਾ, ਸ਼ਾਮ ਦੀ ਚਾਹ ਬਿਨਾਂ ਮਗਨ ਨਾ ਭਈ ਨਾ, ਤੋ ਫਿਰ ਲੈ ਆਓ ਦਿੱਲੀ ਕਾ ਮਸ਼ਹੂਰ ਮਗਨ ਸੂਜੀ ਰਸ ਵਿਦ ਹਾਈ ਐਨਰਜੀ ਲੋ ਵੇਗ, ਕ੍ਰਿਸਪੀ ਕ੍ਰਿਸਪੀ, ਖਾਣੇ ਮੇਂ ਟੇਸਟੀ, ਖਾਓ ਮਗਨ ਰਹੋ ਮਗਨ। ਰਾਜਧਾਨੀ ਬੇਕਰੀ, ਕੰਟੈਕਟ 9810293132 ਔਰ 9810364525। ਕਹਾਣੀਆਂ ਪ੍ਰੋਪਰ ਪੰਜਾਬੀ ਸ਼ੋ ਮਿੱਠੀ ਮੈਟਨੀ, ਮਿੱਠੀ ਮੈਟਨੀ, ਮਿੱਠੀ ਮੈਟਨੀ, ਮਿੱਠੀ ਮੈਟਨੀ, ਮਿੱਠੀ ਮੈਟਨੀ, ਮਿੱਠੀ ਮੈਟਨੀ, ਮਿੱਠੀ ਮੈਟਨੀ। ਮੈਨੂੰ ਤਾਂ ਭਾਈ ਇਹ ਸ਼ੋ ਬਹੁਤ ਪਸੰਦ ਹੈ। ਸ਼ੋ ਪੌਲੀ ਪੌਲੀ ਬਸ ਤੇ ਮੈਂ ਸ਼ੇਖਰ ਰਾਏ। ਵੈਸੇ ਅੱਜ ਮੈਨੂੰ ਕੋਈ ਪੁੱਛ ਨਹੀਂ ਰਿਹਾ ਕਿਉਂਕਿ ਸਾਡੇ ਅੱਜ ਗੈਸਟ ਹੀ ਇੰਨੇ ਅਮੇਜ਼ਿੰਗ ਨੇ ਕਿ ਉਹਨਾਂ ਨਾਲ ਜ਼ਿਆਦਾ ਗੱਲਾਂ ਹੋ ਰਹੀਆਂ ਨੇ ਤੇ ਇਹ ਹੈ ਗੱਲ ਕਿ ਉਹ ਜਿਹੜੇ ਨੇ ਉਹ ਜ਼ਿਆਦਾ ਐਂਟਰਟੇਨ ਕਰ ਰਹੇ ਮੇਰੇ ਖਿਆਲ ਨਾਲ, ਮੇਰੇ ਤੋਂ ਵੀ ਜ਼ਿਆਦਾ ਹੈ ਨਾ। ਤੇ ਅਰੇ ਨਹੀਂ ਕਿਉਂ ਨਹੀਂ, ਸੱਚ ਬੋਲ ਰਹੇ ਤੁਸੀਂ। ਦੇਖੋ ਗੱਲਾਂ ਇੱਥੇ ਹੁਣ ਆਰਗੇਨਾਈਜ਼ ਵੇ ਨਾਲ ਹੋ ਨਹੀਂ ਸਕਦੀਆਂ। ਵੈਲਕਮ ਬੈਕ ਹੈ ਫਰਸਟ ਆਫ ਆਲ। ਥੈਂਕ ਯੂ ਸੋ ਮਚ ਸ਼ੇਖਰ। ਔਰ ਇੰਸਟਾ ਪੌਲੀ, ਸੌਰੀ ਪੌਲੀ ਪੌਲੀ ਬਸ, ਮੈਂ ਸਟਾਰਟਿੰਗ ਤੋਂ ਲੈ ਕੇ ਅੰਤ ਤੱਕ ਕਨਫਿਊਜ਼ਡ ਹੀ ਰਹੀ ਹਾਂ। ਬੜਾ ਖੂਬਸੂਰਤ ਪ੍ਰੋਗਰਾਮ ਚੱਲ ਰਿਹਾ, ਹਲੇ ਬਹੁਤ ਸਾਰੇ ਕਾਲਰਸ ਨੇ ਸਾਨੂੰ ਫੋਨ ਕਾਲ ਕੀਤੀ ਔਰ ਕਈ ਸਾਰਿਆਂ ਦੇ ਫੋਨ ਹੋਲਡ ਤੇ ਰਹਿ ਗਏ ਔਰ ਕਈਆਂ ਦੇ ਨਹੀਂ ਸਾਡੇ ਨਾਲ ਗੱਲਬਾਤ ਹੋ ਸਕੀ, ਉਹਨਾਂ ਨੂੰ ਮੇਰੇ ਵੱਲੋਂ ਵੀ ਸੌਰੀ ਆ। ਲੇਕਿਨ ਸੌਰੀ, ਤੁਸੀਂ ਪ੍ਰੋਗਰਾਮ ਕਿਉਂ ਕਰ ਰਹੇ ਹੋ, ਉਸ ਮੈਂ ਨਹੀਂ ਦੇ ਦਿਓ? ਮੈਂ ਉਹੀ ਸੋਚ ਰਿਹਾ ਹਾਂ, ਤੁਸੀਂ ਉਹ ਲੈ ਲਓ ਤੇ ਅਗਲੇ ਦਰਸ਼ਕ ਆਪਣੇ ਨਾਲ ਕਾਲ ਦੇ ਉੱਤੇ ਨੇ, ਉਹਨਾਂ ਨੂੰ ਪਲੀਜ਼ ਵੈਲਕਮ ਕਰੋ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਹੋ? ਮੈਂ ਕਮਲਜੀਤ ਬੋਲ ਰਿਹਾ ਜੀ। ਕਿਹੜੇ ਸ਼ਹਿਰ? ਕਮਲਜੀਤ ਜੀ, ਕਮਲਜੀਤ ਜੀ ਹੈ, ਇਹਨਾਂ ਨੇ ਪਹਿਲਾਂ ਵੀ ਕਾਲ ਕੀਤੀ ਸੀ। ਅੱਛਾ, ਨਹੀਂ ਨਹੀਂ, ਕ੍ਰਿਸ਼ਨ ਜੀ ਸੀਗੇ ਉਹ, ਠੀਕ ਹੈ। ਕ੍ਰਿਸ਼ਨ ਜੀ ਦਾ ਪਹਿਲਾਂ। ਸ਼ੇਖਰ ਰਾਏ, ਸ਼ੇਖਰ ਰਾਏ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਥੈਂਕ ਗੋਡ ਮੈਨੂੰ ਵੀ ਪੁੱਛਣ ਆਇਆ ਕੋਈ। ਨਹੀਂ, ਤੁਹਾਨੂੰ ਬਹੁਤ ਪੁੱਛਣ ਵਾਲੇ ਆਉਣਗੇ, ਤੁਹਾਨੂੰ ਪਤਾ ਬਸ ਇੱਕ ਦਿਨ ਦੀ ਗੱਲ ਹੈ, ਜਾ ਲੈਂਦਾ ਮੇਰੇ, ਫਿਰ ਪੁੱਛਣਗੇ ਤੁਹਾਨੂੰ ਬਹੁਤ।
but I'm glad tusi itthe hage ho sare darshak vi dekho kinne khush hai acha hun Kamaljeet ji fir dasso question karo tusi main to hello ji Kamaljeet ji मैं तुहाडे कोल गाना सुनना चाहुंदा सी जी मेनू भी सिंगर बनन दा शौक है दो लैणा मैं भी तुहानू गाने सुनाना चाहुंदा सी तुसी सुना दियो मेरे कोल सुनियो ना तुसी सुना दियो पर कमलजीत जी एक रिक्वेस्ट है कॉल्स जिहड़ियां ने बहुत सारियां वेटिंग दे विच ने तां दो ही लाइना सुनायो ठीक है जी ठीक है जी ओके जी सुनाओ मुत्तदबाज जमाने समझे आए हैं क्या बात है फुलनू खाईदा नहीं कदे खाईदा नहीं प्यार जिंदगी बख्शदा प्यार पूजदा प्यार ठुकराईदा नहीं प्यार पूजदा प्यार ठुकराईदा नहीं होया की जैसी अज हो गए बगानी अज नहीं तां कदे साडी हुंदी सी रकानी ब्यूटीफुल 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 बहुत सोहना गाया फोन साइड ते रखता हूं वफा साडी दा तू मुल कदी भी ना पाया किदे सिक्के आदा चल गया जोर अस जानी जी 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 कहण वाली दस क्या बात है क्या बात है बहुत बढ़िया क्या बात है जी जी जज्बाता ते काबू रख तारी जज्बाता ते काबू रख तारी वाह वाह बहुत वधिया जी बहुत खूबसूरत गाया तुसी और हर एक इंसान दे अंदर एक कलाकार हुंदा है ते ओही कलाकार किधर ना किधर थोड़े अंदर भी है इनू निखारो और अगे आओ ए बहुत छाला मार रहे हूं तुसी फेसबुक दे उत्ते वीडियो बना के पाया करो मेनू शौक आया बनन दा सिंगर मैं गांदा रहंदा घर हूं जो छोटा मेरा घर गांदा रहंदा पर मैं कदी बाहर कदी नहीं गाया कदी जिवें ट्राई देन नहीं गया हजे कदे मैं सिखिया भी नहीं है बिल्कुल टंबे दी नहीं बाहर जाके उदो गायो जदों पहला सिख लोगे बाहर जदों बहुत वधिया गांदे हो तुसी मेनू सीखन का शौक हैगा पर मेरा कुछ बन नहीं पा रहा मैं किथे कुछ कर नहीं पा रहा देखो सीखन का बहुत शौक हैगा नहीं नहीं बहुत सारे कॉम्पिटिशन होंगे कॉम्पिटिशन पार्टिसिपेट करने की तुसी ट्राई करो ट्राई करन दा देखो जी पर सीखना सीखन का ही होंगे पर मेरा अजे मैनू कुछ नहीं सीख म्यूजिक बारे कुछ ज्ञान नहीं हैगा बिल्कुल भी मैं सिर्फ उंज गांदा रहंदा वा उंज घर मैं गांदा वा मैनू टंबरेली मैं गांदा रहंदा कई बंदियां नू मैं गाना सुनांदा मैं कई बारी पार्टिसिपेंट भी करन गया हुआ जी 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 जरूर मैनू कुछ सीखन दा मेरा कुछ बन नहीं पा रहा कुछ मैं सीखना चाहता हूँ कोई वधिया म्यूजिक टीचर लभो तो जरूर सीखो थैंक यू सलाह दिना मैं सलाह दिना तुसी पता की करया करो शेरी मैन शेरी मैन शेरी मैं शेरी नू दसांगी शेरी मैन शेरी मान भाजी ने भी यही दस्या सीगा भी ओ खेतां च जाके गांदे हुंदे सी हुण उहनां दी आवाज़ देख लो तुसी है ना तुसी भी खेतां जाके गाया करो तुसी यही कहना मैं बाहर जाके नहीं कदी गाया तो यह बहुत जरूरी है भी जदों सवेरे बाहर जाओ उदों जरूर गाओ ठीक है जी थैंक यू सो मच कॉल कीती तुसी ते खैर भुलाता मैनूं मैं की पुछणा सी अच्छा तुसी अच्छा तुसी पुछो नहीं नहीं पुछो की पता तुसी सवाल करना नहीं नहीं मैं कोई सवाल नहीं करांगी तुसी मेरे फिल्मां बारे पुछणा सी हां मैं फिल्मां बारे भी पुछणा सीगा इस तों इलावा तुसी होर भी जिहड़ियां मतलब फॉरन लैंग्वेजेस जिहड़ियां ने ओह भी तुसी बोल लैंदे हो ओहदे विच भी मैं मेनू ये सुनन च आया तुसी ओहदे विच भी गाना गुना रिकॉर्ड कर रहे हो नहीं नहीं मैं ओहदे विच गाना नहीं रिकॉर्ड कर रही आज़त्रले मनासम तशबहरले नमसम ते हजबो ना सुनतो और मनासम त्रले के नशनी इंस्टा फॉली बोलिया मनासम त्रले ग्रव पंजाब टीवी मरनाशम तो खना शेखर बहार ना सुनतो ना कॉलर पेपर ते पेन ले आ गए मड़ समझ भी लगा एक बेसिक एक कुछ पर्शियन और उज्बेकिस्तान की लैंग्वेज का मिक्स है रशियन उज्बेकिस्तान और पर्शियन लैंग्वेज का एक मिक्सचर लैंग्वेज है उधर के जिदा
ਆਪਾਂ ਕਹਿੰਦੇ ਆਊਟਸਕਰਟ ਸਿਟੀਜ਼ ਹੁੰਦੀਆਂ ਉਹਨਾਂ ਦੇ ਵਿੱਚ ਬੋਲੀ ਜਾਂਦੀ ਹੈ, ਇਹ ਉਹ ਲੈਂਗੁਏਜ ਹੈ। ਬਾਕੀ ਸਭ ਤਾਂ ਠੀਕ ਸੀਗਾ, ਮੈਨੂੰ ਵਿੱਚ ਸਮਝ ਆਇਆ ਇਹਦੇ ਵਿੱਚ ਬੋਲੀ ਬਾਜ਼ ਕਿਹਾ ਸੀ, ਮੈਂ ਇਹ ਐਡ ਕਰ ਦਿੱਤੇ ਮੈਂ ਕਿ ਇਹ ਸ਼ੋਅ ਕਰ ਰਹੀ ਹਾਂ ਮੈਂ ਇਸ ਟਾਈਮ, ਔਰ ਐਂਕਰ ਐਂਡ ਸ਼ੋਅ ਦੀ, ਔਰ ਇਹ ਚੈਨਲ ਹੈ ਇਹਦੇ ਉੱਤੇ ਮੈਂ ਆ ਰਹੀ ਹਾਂ, ਇੰਨਾ ਦੱਸਿਆ। ਅਮੇਜ਼ਿੰਗ, ਵਾਓ, ਅਮੇਜ਼ਿੰਗ। ਤੇ ਮਤਲਬ ਇਹ ਕਿਵੇਂ ਹੋ ਗਿਆ ਤੁਹਾਡੇ ਨਾਲ, ਕਿਵੇਂ ਘਟ ਗਈ ਇਹ ਗੱਲ ਕਿ ਤੁਹਾਨੂੰ ਮਤਲਬ ਬੋਲਣਾ? ਮੇਰੇ ਨਾਲ ਘਟਣਾ ਹੈ ਵਾਪਰੀ ਇਹ ਦੱਸ। ਨਹੀਂ ਮੈਨੂੰ ਰਾਈਟ ਫਰੋਮ ਦਾ ਬਿਗਨਿੰਗ ਮੈਨੂੰ ਬਹੁਤ ਕਰੇਜ਼ ਹੈ, ਮੈਨੂੰ ਥੋੜੀ ਜਿਹੀ ਮਲਿਆਲਮ ਵੀ ਆਉਂਦੀ ਹੈ, ਲਾਈਕ ਉਨ ਰੰਨ ਮੁੰਨ ਨਾਨ ਅੰਚ ਆਰ ਇੱਕ ਅੱਟ ਅੰਬਦ ਪਤ, ਏਦਾਂ ਦਾ ਅਸੀਂ ਬੱਚੇ ਕੀ ਕਰਾਂਦੇ ਆ, ਏਦਾਂ ਏਦਾਂ ਤੁਹਾਨੂੰ ਕਾਊਂਟਿੰਗ ਸੁਣਾਈ ਹੈ, ਪਰ ਉਹ ਏਦਾਂ ਬੱਚੇ ਨੀ, ਬੱਚੇ ਨੂੰ ਉਹ ਮੌਲੇ ਮੌਲੇ ਕਹਿ ਕੇ ਚੱਕਦੇ, ਮੌਲ ਹੈ ਹੋਰ ਰਾਜਸਥਾਨੀ ਟੱਚ ਮੈਨੂੰ ਆਉਂਦਾ ਥੋੜਾ ਬਹੁਤ, ਔਰ ਬੰਗਾਲੀ, ਅੱਜ ਧਾਨ ਰਖੇ ਤੇ ਰੋਦ ਰਸ਼ਾਇਰ ਲੂ ਕਚੂਰੀ ਰਖੇ ਲਾ ਰੇ ਭਾਈ ਨੀਲਾ ਕਾਸ਼ਕੇ ਭਾਸ਼ਾ ਲੈ ਸਾਧਾ ਮੇ ਗਿਰ ਭੇਲਾ। ਅਮੇਜ਼ਿੰਗ ਅਮੇਜ਼ਿੰਗ, ਕਿਆ ਬਾਤ ਹੈ, ਸੀਰੀਅਸਲੀ ਮਤਲਬ ਇਹ ਕੋਈ ਹੁੰਦਾ ਨਾ ਵੀ ਅਸੀਂ ਕਹਿੰਦੇ ਹਾਂ ਦੋ ਲੈਂਗੁਏਜ ਤਿੰਨ ਲੈਂਗੁਏਜ ਜਾਂ ਚਾਰ, ਚਲੋ ਸਿੱਖੀਆਂ ਨੇ, ਤੁਸੀਂ ਕਿੰਨੀਆਂ ਸੁਣਾਤੀਆਂ ਮੈਨੂੰ, ਮਤਲਬ ਕਾਊਂਟ ਮੇਰਾ ਰਹਿ ਗਿਆ ਵਿੱਚ, ਮੈਨੂੰ ਸਮਝ ਨਹੀਂ ਆਇਆ। ਮੈਂ ਹਲੇ ਤਾਂ ਸਿੱਖ ਰਹੇ ਹਾਂ ਬਹੁਤ, ਦੁਨੀਆਂ ਤੇ ਕਿੰਨੀ ਹੀ ਤਰ੍ਹਾਂ ਦੀ ਚੀਜ਼ਾਂ ਜੋ ਅਸੀਂ ਹਲੇ ਵੇਖੀਆਂ ਵੀ ਨਹੀਂ ਆ, ਸਾਡੇ ਇੰਡੀਆ ਦੇ ਵਿੱਚ ਲੈਂਗੁਏਜ ਦੀ ਬਹੁਤ ਪਲੇਸਿਸ ਬਹੁਤ ਨੇ, ਮਾਝਾ ਮਾਲਵਾ ਤੇ ਦੁਆਬਾ ਦੀ ਤੁਸੀਂ ਗੱਲ ਕਰ ਲਓ, ਤਿੰਨੋ ਰੀਜਨ ਦੇ ਵਿੱਚ ਬਹੁਤ ਡਿਫਰੈਂਟ ਲੈਂਗੁਏਜ ਨੇ, ਹਲੇ ਤਾਂ ਪੰਜਾਬੀ ਨੀ ਮੈਨੂੰ ਲੱਗਦਾ ਸਾਨੂੰ ਪੂਰੀ ਆਈ ਬੋਲਣੀ, ਕੀ ਕਹਿਣ ਡੀ ਆ ਮੈਂ, ਠੀਕ ਕਹਿਣ ਡੀ ਆ। ਸਹੀ ਗੱਲ ਹੈ, ਬਹੁਤ ਅਮੇਜ਼ਿੰਗ ਹੈ। ਅੱਛਾ ਫਿਲਮਾਂ ਦੀ ਵੀ ਗੱਲ ਹੋਣੀ ਹੈ, ਉਸ ਤੋਂ ਪਹਿਲਾਂ ਦਰਸ਼ਕ ਹੈਗੇ ਆਪਣੇ, ਉਹਨਾਂ ਦਾ ਵੀ ਸਵਾਗਤ ਕਰਦੇ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਚ, ਆਪਣਾ ਨਾਂ ਦੱਸ ਦਿਓ ਤੇ ਕਿਹੜੀ ਜਗ੍ਹਾ ਤੋਂ ਗੱਲ ਕਰ ਰਹੇ ਹੋ? ਜੀ ਹਰਜੀਤ ਕੌਰ ਜੀ, ਜੀ ਮੈਂ ਤੁਹਾਡੀ ਗੱਲ ਕਰਾਉਣ ਜਾ ਰਿਹਾ ਪ੍ਰੀਤੋ ਜੀ ਨਾਲ। ਜੀ ਸਤਿ ਸ਼੍ਰੀ ਅਕਾਲ ਮਨਜੀਤ ਜੀ, ਮੈਂ ਮੰਡੀ ਗੋਬਿੰਦਗੜ੍ਹ ਵੀ ਆਈ ਹੋਈ ਹਾਂ, ਮੈਂ ਉਧਰ ਵੀ ਪ੍ਰੋਗਰਾਮ ਕੀਤਾ ਹੋਇਆ। ਮੈਨੂੰ ਲੱਗਦਾ ਪੰਜਾਬ ਦਾ ਕੋਈ ਐਸਾ ਸ਼ਹਿਰ ਨਹੀਂ ਹੈ ਜਿੱਥੇ ਮੈਂ ਜਾ ਕੇ ਸ਼ੋਜ਼ ਨਾ ਕੀਤੇ ਹੋਣ। ਮੈਨੂੰ ਬਹੁਤ ਚਿਰ ਹੋ ਚੁੱਕਿਆ, ਕਿਉਂਕਿ ਅਸੀਂ ਜਦੋਂ ਸ਼ੂਟਿੰਗ ਤੇ ਆਉਂਦੇ ਹਾਂ ਜ਼ਿਆਦਾਤਰ ਕਾਲਜਸ ਦੇ ਵਿੱਚ ਹੀ ਹੁੰਦੇ ਹਾਂ, ਕਾਲਜਸ ਦੇ ਨਾਮ ਨਹੀਂ ਯਾਦ ਰਹਿੰਦੇ, ਪਰ ਮੇਰਾ ਇੱਕ ਪ੍ਰੋਗਰਾਮ ਚੱਲਦਾ ਹੁੰਦਾ ਸੀ NRI ਤੁਹਾਡੇ ਸ਼ਹਿਰ ਵਿੱਚ, ਇਹ 2004 ਦੀ ਗੱਲ ਕਰ ਰਹੀ ਹਾਂ ਮੈਂ, ਤੇ ਉਸ ਦੌਰਾਨ ਮੈਂ ਮੰਡੀ ਗੋਬਿੰਦਗੜ੍ਹ ਮੇਨ ਸ਼ੋਅ ਹੋਸਟ ਕੀਤੇ ਸੀਗੇ, ਉਦੋਂ ਤੁਹਾਡਾ ਸਾਰੇ ਸ਼ਹਿਰ ਦੀਆਂ ਸਮੱਸਿਆਵਾਂ, ਉਦੋਂ ਏਦਾਂ ਦੇ ਪ੍ਰੋਗਰਾਮ ਚੱਲਦੇ ਸੀ, ਸੋ ਉਦੋਂ ਆਈ ਸੀ ਮੈਂ। ਅੱਛਾ ਅੱਛਾ, ਮੈਨੂੰ ਤੁਸੀਂ ਹੁਣ ਵੀ ਬੜੇ ਨਵੇਂ ਨਵੇਂ ਲੱਗ ਰਹੇ ਹੋ। ਹਾਂਜੀ, ਫਿਲਮ ਫਿਲਮ ਸ਼ੁਕਰ ਹੈ, ਫਿਲਮ ਦੀ ਗੱਲ ਆਈ। ਅੱਛਾ ਫਿਲਮ ਮੇਰੀ ਹੁਣ 6 ਜੁਲਾਈ ਨੂੰ ਇੱਕ ਫਿਲਮ ਰਿਲੀਜ਼ ਹੋਈ ਹੈ ਨਨਕਾਨਾ, ਗੁਰਦਾਸ ਮਾਨ ਸਾਹਿਬ ਹੈਗੇ ਨੇ ਉਹਦੇ ਵਿੱਚ, ਔਰ ਕਵਿਤਾ ਕੌਸ਼ਿਕ ਜੀ ਤੇ ਅਨਸ ਰਾਸ਼ਿਦ, ਪੂਜਾ ਗੁਜਰਾਲ ਔਰ ਆਪਣਾ ਜਤਿੰਦਰ ਸ਼ਾਹ ਜੀ ਨੇ ਮਿਊਜ਼ਿਕ ਕੀਤਾ ਔਰ ਪ੍ਰੋਡਿਊਸ ਕੀਤਾ ਉਸ ਫਿਲਮ ਨੂੰ, ਸੋ ਉਹ ਮੇਰੀ ਲੇਟੈਸਟ ਫਿਲਮ ਸੀ। ਇਸ ਤੋਂ ਬਾਅਦ ਜੈ ਹਿੰਦ ਸਰ ਰਿਲੀਜ਼ ਹੋ ਰਹੀ ਹੈ 15 ਅਗਸਤ ਦੇ ਕਰੀਬ, ਮੇਰੇ ਖਿਆਲ ਨਾਲ ਹੋ ਜਾਏਗੀ ਫਿਲਮ, ਔਰ ਇਸ ਤੋਂ ਬਾਅਦ ਇੱਕ ਆ ਰਹੀ ਹੈ ਆਟੇ ਦੀ ਚਿੜੀ, ਔਰ ਇੱਕ ਆ ਰਹੀ ਹੈ ਰਾਂਝਾ ਭੱਜਿਆ ਜੂਲੀਅਟ ਲੈ ਕੇ ਕਾਮੇਡੀ ਫਿਲਮ, ਤੇ ਲਾਵਾਂ ਫਿਰ 2 ਵੀ ਜਲਦੀ ਕਰਾਂਗੇ। ਤੁਸੀਂ ਨਨਕਾਨਾ ਫਿਲਮ ਦੇਖੀ ਹੈ ਫਿਲਹਾਲ? ਨਹੀਂ ਮੈਡਮ, ਹਜੇ ਤਾਂ ਨੀ ਮੈਂ ਦੇਖੀ। ਤੁਸੀਂ ਜ਼ਰੂਰ ਦੇਖੋ, ਤੁਹਾਨੂੰ ਦੱਸ ਦਿਆ ਵੀ ਅਸੀਂ ਗਾਣਾ ਵੀ ਉਹ ਦੇਖਦੇ ਹੁੰਦੇ ਆ ਵੀ ਜਿਹਦਾ ਤੁਹਾਨੂੰ ਪਤਾ ਲੱਗ ਜਾਵੇ ਇਹਦੇ ਵਿੱਚ ਕੀ ਆ, ਜਿਹਦਾ ਸਮਝਦੇ ਨੇ ਉਹ ਗਾਣੇ ਸੁਣਦੇ ਹੀ ਜੀ ਜੀ। ਇਹ ਸਾਡੇ ਆਰਟਿਸਟਾਂ ਦੀ ਮੈਂ ਕਹਿੰਦੀ ਇੱਕ ਡਿਊਟੀ ਬਣਦੀ ਹੈ, ਇੱਕ ਫਰਜ਼ ਬਣਦਾ ਕਿ ਅਸੀਂ ਜੋ ਆਪਣੀ ਆਡੀਅੰਸ ਲਈ ਪੇਸ਼ ਕਰ ਰਹੇ ਹਾਂ ਉਹ ਅਸੀਂ ਆਪਣੇ ਪਰਿਵਾਰ ਚ ਬੈਠ ਕੇ ਵੀ ਦੇਖ ਸਕੀਏ ਉਦੋਂ ਤੱਕ। ਹਾਂਜੀ, ਲੱਚਰਤਾ ਦੇ ਤਾਂ ਮੈਂ ਵੀ ਬਹੁਤ ਖਿਲਾਫ ਹਾਂ, ਖੈਰ ਮੈਨੂੰ ਵੀ ਨਹੀਂ ਚੰਗਾ ਲੱਗਦਾ ਜਦੋਂ ਕੁਛ ਇਹੋ ਜਿਹੇ ਗਾਣੇ ਆਉਂਦੇ ਕਿ ਤੁਹਾਨੂੰ ਆਪਣੇ ਭਰਾ ਦੇ ਕੋਲ ਬੈਠ ਕੇ ਦੇਖਣ ਚ ਜਾਂ ਪਿਓ ਦੇ ਕੋਲ ਬੈਠ ਕੇ ਦੇਖਣ ਚ ਸ਼ਰਮ ਆਉਣ ਲੱਗ ਜੇ, ਸੋ ਮੈਂ ਵੀ ਉਹਨਾਂ ਸਾਰੇ ਸਿੰਗਰਸ ਨੂੰ ਇਹੀ ਰਿਕੁਐਸਟ ਕਰਦੀ ਹਾਂ, ਕਿਉਂਕਿ ਉਹ ਅਸੀਂ ਮੇਨ ਪ੍ਰੋਮੋਟਰਸ ਆਫ ਸੋਸਾਇਟੀ ਵੀ ਹੁੰਦੇ ਹਾਂ, ਸੋ ਇਹ ਸਾਡੇ ਸਾਰਿਆਂ ਦੇ ਫਰਜ਼ ਬਣਦਾ। ਔਰ ਦੇਖੋ ਤੁਹਾਡੇ ਤੁਸੀਂ ਲੋਕ ਵੀ ਕਹਿੰਦੇ ਹੋ ਜੋ ਤੁਹਾਨੂੰ ਦੇਖਣਾ ਪਸੰਦ ਹੈ, ਸਾਡੀ ਡਿਊਟੀ ਬਣਦੀ ਹੈ, ਸਾਡਾ ਫਰਜ਼ ਬਣਦਾ ਕਿ ਅਸੀਂ ਉਹੀ ਪੇਸ਼ ਕਰੀਏ। ਜੀ ਜੀ ਬਿਲਕੁਲ, ਸਾਫ ਸੁਥਰੇ ਕੰਮ ਨੂੰ ਦੇਖਣਾ ਹਰ ਕੋਈ ਪਸੰਦ ਕਰਦਾ। ਕੋਈ ਗੱਲ ਨੀ, ਫਿਰ ਤੁਸੀਂ ਨਨਕਾਨਾ ਜ਼ਰੂਰ ਦੇਖਿਓ, ਤੁਹਾਨੂੰ ਜ਼ਰੂਰ ਪਸੰਦ ਆਏਗੀ, ਔਰ ਮੇਰੀਆਂ ਆਉਣ ਵਾਲੀਆਂ ਵੀ ਜਿਹੜੀਆਂ ਫਿਲਮਾਂ ਉਹ ਵੀ ਬਹੁਤ ਸਾਫ ਸੁਥਰੀਆਂ ਤੇ ਬਹੁਤ ਚੰਗੀਆਂ ਫਿਲਮਾਂ, ਜ਼ਰੂਰ ਦੇਖਿਓ। ਠੀਕ ਆ ਮੈਡਮ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮਨਜੀਤ ਜੀ, ਥੈਂਕ ਯੂ ਸੋ ਮਚ ਜੀ ਕਾਲ ਕਰਨ ਦੇ ਲਈ, ਤੇ ਮੈਂ ਲਾਸਟ ਵਿੱਚ ਮੇਰੀ ਵਾਰੀ ਵੀ ਆਈ ਜਾਂਦੀ।
ਅੱਛਾ ਫਿਲਮਾਂ ਦੀ ਗੱਲ ਚੱਲ ਰਹੀ ਸੀਗੀ ਕੈਰੀ ਓਨ ਜੱਟਾ 2 ਦੇ ਵਿੱਚ ਤੁਹਾਡੇ ਲਈ ਮਤਲਬ ਬਹੁਤ ਐਕਸਪੈਕਟੇਸ਼ਨ ਸੀਗੀ ਕਿ ਤੁਸੀਂ ਹੋਵੋਗੇ ਬਟ ਆਈ ਥਿੰਕ ਉਹਦੇ ਵਿੱਚ ਉਹਨਾਂ ਨੇ ਇਸ ਵਾਰ ਜਿਹੜੇ ਕੈਰੈਕਟਰ ਸੀਗੇ ਜਾਂ ਜੋ ਸਟੋਰੀ ਸੀਗੀ ਉਹ ਡਿਮਾਂਡ ਨਹੀਂ ਰਹੀ ਸੀਗੀ ਜਾਂ ਕੁਝ ਹੋਰ ਰੀਜ਼ਨ ਰਿਹਾ ਮੈਂ ਅਵੇਲੇਬਿਲਿਟੀ ਨਹੀਂ ਸੀ ਜੀ ਮੈਂ ਦੱਸਣਾ ਚਾਹੁੰਦੀ ਹਾਂ ਕਿ ਉਸ ਦੌਰਾਨ ਹੀ ਜਿਹੜੀ ਮੈਂ ਫਿਲਮ ਦੀ ਹੁਣੇ ਗੱਲ ਕੀਤੀ ਨਨਕਾਣਾ ਦੀ ਉਸ ਟਾਈਮ ਇੱਕ ਫਿਲਮ ਦਾ ਸ਼ੂਟ ਇਹ ਚੱਲ ਰਿਹਾ ਸੀ ਨਾਲ ਜੈਹਨ ਸਰ ਜਿਹੜੀ ਮੈਂ ਫਿਲਮ ਦੱਸੀ ਇਹ ਦੋ ਪੈਰਲਲ ਸ਼ੂਟਸ ਚੱਲ ਰਹੇ ਸੀਗੇ ਤੇ ਵੈਸੇ ਵੀ ਕੈਰੀ ਓਨ ਜੱਟਾ 2 ਦੇ ਵਿੱਚ ਜਿਹੜੀਆਂ ਫੀਮੇਲਸ ਤੁਸੀਂ ਦੇਖੀਆਂ ਹੋਣੀਆਂ ਉਹ ਸਾਰੀਆਂ ਹੀ ਚੇਂਜ ਨੇ ਕੋਈ ਪੁਰਾਣੀ ਜਿਨ੍ਹਾਂ ਨੇ ਕੰਮ ਕੀਤਾ ਉਹਨਾਂ ਵਿੱਚੋਂ ਕੋਈ ਵੀ ਨਹੀਂ ਸਟੋਰੀ ਸੀਕੁਐਂਸ ਹੀ ਟੋਟਲੀ ਚੇਂਜ ਸਟੋਰੀ ਸੀਕੁਐਂਸ ਹੀ ਮੈਂ ਹਾਲਾਂਕਿ ਮੈਂ ਹਲੇ ਤੱਕ ਕੈਰੀ ਓਨ ਜੱਟਾ 2 ਖੁਦ ਨਹੀਂ ਦੇਖੀ ਤੇ ਮੈਂ ਵੀ ਦੇਖਣਾ ਚਾਹੁੰਦੀ ਹਾਂ ਕਿਉਂਕਿ ਉਹ ਇਟ ਇਜ਼ ਉਹ ਇੱਕ ਮੂਵੀ ਇਹੋ ਜਿਹੀ ਸੀਗੀ ਜੋ ਮੈਨੂੰ ਲੱਗਦਾ ਕਿ ਇੱਕ ਮਿਆਰ ਉਹਨੇ ਕਾਇਮ ਇਹੋ ਜਿਹਾ ਕੀਤਾ ਸੀਗਾ ਕੈਰੀ ਓਨ ਜੱਟਾ ਨੇ ਤੇ ਹੁਣ 2 ਵੀ ਕਹਿ ਰਹੇ ਹਾਂ ਕਿ ਬਹੁਤ ਖੂਬਸੂਰਤ ਹੈ ਸੋ ਆਈ ਵਾਂਟ ਟੂ ਸੀ ਮੈਂ ਦੇਖਣਾ ਚਾਹੁੰਦੀ ਹਾਂ ਰਾਈਟ ਅੱਛਾ ਇਸ ਤੋਂ ਇਲਾਵਾ ਨਨਕਾਣਾ ਦੀ ਅਗਰ ਗੱਲ ਕਰੀਏ ਗੁਰਦਾਸ ਮਾਨ ਸਾਹਿਬ ਦੇ ਨਾਲ ਤੁਸੀਂ ਕੰਮ ਕੀਤਾ ਇਸ ਤੋਂ ਇਲਾਵਾ ਕਵਿਤਾ ਕੌਸ਼ਿਕ ਜੀ ਨੇ ਤਾਂ ਦੋਵਾਂ ਦੇ ਨਾਲ ਐਕਸਪੀਰੀਅੰਸ ਕਿਵੇਂ ਦਾ ਰਿਹਾ ਹਾਲਾਂਕਿ ਦੋਨਾਂ ਦੀ ਅਲੱਗ ਗੱਲ ਹੈ ਬਹੁਤ ਖੂਬਸੂਰਤ ਔਰ ਗੁਰਦਾਸ ਮਾਨ ਸਾਹਿਬ ਨਾਲ ਕਿਉਂਕਿ ਮੈਂ ਸ਼ੋਜ਼ ਵੀ ਕਈ ਸਾਰੇ ਹੋਸਟ ਕੀਤੇ ਨੇ ਉਹਨਾਂ ਦੇ ਨਾਲ ਤੇ ਉਹਨਾਂ ਦੇ ਨਾਲ ਸਟੇਜ ਤੇ ਸਟੇਜ ਸਾਂਝੀ ਕਰਨੀ ਵੀ ਬਹੁਤ ਮਾਣ ਦੀ ਗੱਲ ਹੁੰਦੀ ਹੈ ਤੇ ਵੱਡੀ ਸਕਰੀਨ ਵੱਡੇ ਪਰਦੇ ਤੇ ਉਹਨਾਂ ਦੇ ਨਾਲ ਆਉਣਾ ਮੇਰੇ ਵਾਸਤੇ ਇੱਕ ਬਹੁਤ ਵੱਡਾ ਪਲੇਜ਼ਰ ਆਫ ਲਾਈਫ ਸੀਗਾ ਬਿਕੋਜ਼ ਇਟ ਵਾਜ਼ ਇੱਕ ਤਰ੍ਹਾਂ ਦਾ ਸੁਪਨਾ ਸੀ ਮੇਰਾ ਕਿ ਮੈਂ ਉਹਨਾਂ ਦੇ ਨਾਲ ਕਦੇ ਨਾ ਕਦੇ ਕਿਸੇ ਫਿਲਮ ਦੇ ਵਿੱਚ ਹਾਲਾਂਕਿ ਮੇਰਾ ਕੋਈ ਸੀਨ ਨਹੀਂ ਸੀ ਮੂਵੀ ਦੇ ਵਿੱਚ ਉਹਨਾਂ ਦੇ ਨਾਲ ਤੇ ਇਹ ਵੀ ਦੱਸਣਾ ਚਾਹੁੰਦੀ ਹਾਂ ਕਿ ਮੇਰੀ ਛੋਟੀ ਸਿਸਟਰ ਮੇਰੀ ਮਾਸੀ ਜੀ ਦੀ ਬੇਟੀ ਹੈ ਪ੍ਰੀਤੀ ਉਹਨੇ ਵੀ ਇਸ ਫਿਲਮ ਦੇ ਵਿੱਚ ਨਨਕਾਣਾ ਦੇ ਵਿੱਚ ਆਪਣਾ ਡੈਬਿਊ ਕੀਤਾ ਤੇ ਇੱਕ ਗਾਣਾ ਬੜਾ ਖੂਬਸੂਰਤ ਅੱਜਕੱਲ ਵਿਆਹ ਦੇ ਸੰਬੰਧੀ ਇੱਕ ਗਾਣਾ ਜਿਹੜਾ ਉਸ ਫਿਲਮ ਦਾ ਚੱਲ ਰਿਹਾ ਉਹ ਵੀ ਉਸ ਗੀਤ ਦੇ ਵਿੱਚ ਉਹਨੇ ਮਾਨ ਸਾਹਿਬ ਦੀ ਭਾਂਜੀ ਦਾ ਰੋਲ ਅਦਾ ਕੀਤਾ ਸੋ ਦੋਨਾਂ ਦਾ ਸਾਡਾ ਐਕਸਪੀਰੀਅੰਸ ਸਾਂਝਾ ਹੀ ਸੀ ਸਾਨੂੰ ਬੜਾ ਖੁਸ਼ੀ ਮਿਲਦੀ ਸੀ ਜਦੋਂ ਮਾਨ ਸਾਹਿਬ ਸਟੇਜ ਤੇ ਉੱਥੇ ਉਹਨਾਂ ਨੇ ਆਉਣਾ ਜਾਂ ਮਨਜੀਤ ਮੈਮ ਨੇ ਤਾਂ ਗੱਲਬਾਤ ਵੱਖਰੀ ਸੀ ਮਤਲਬ ਹੋਰ ਫਿਲਮਾਂ ਨਾਲੋਂ ਇੱਕ ਐਕਸਪੀਰੀਅੰਸ ਡਿਫਰੈਂਟ ਸੀਗਾ ਡਿਫਰੈਂਟ ਮਤਲਬ ਇਟਸ ਕਾਈਂਡ ਆਫ ਅ ਬਲੈਸਿੰਗ ਤੇ ਜਦੋਂ ਤੁਸੀਂ ਮਾਨ ਸਾਹਿਬ ਦੇ ਨਾਲ ਗੱਲ ਕਰ ਕੰਮ ਕਰ ਰਹੇ ਹੋ ਸੋ ਇੱਕ ਬਲੈਸਿੰਗ ਦੀ ਤਰ੍ਹਾਂ ਹੀ ਹੈ ਉਹ ਚੀਜ਼ ਹੈ ਨਾ ਤੇ ਅੱਛਾ ਕਵਿਤਾ ਕੌਸ਼ਿਕ ਦੀ ਜੀ ਅਗਰ ਗੱਲ ਕਰੀਏ ਉਹ ਵੀ ਹਰਿਆਣਾ ਤੋਂ ਨੇ ਮਤਲਬ ਹਰਿਆਣਵੀ ਉਹਨਾਂ ਦਾ ਵੀ ਜਿਹੜਾ ਫੇਮ ਰਿਹਾ ਹਰਿਆਣਵੀ ਲੈਂਗੁਏਜ ਨੂੰ ਲੈ ਕੇ ਇਧਰੋਂ ਤੁਸੀਂ ਵੀ ਗਾਣਾ ਕਰ ਰਹੇ ਹੋ ਤਾਂ ਕਦੀ ਜੁਗਲਬੰਦੀ ਹੋਈ ਹਰਿਆਣਵੀ ਜੁਗਲਬੰਦੀ ਜਿਸ ਦਿਨ ਮੈਂ ਸੈੱਟ ਤੇ ਗਈ ਸੀ ਪਹਿਲੇ ਦਿਨ ਤੇ ਮੈਂ ਗੁਰਦਾਸ ਮਾਨ ਸਾਹਿਬ ਨੂੰ ਇਹ ਗਾਣਾ ਆਪਣਾ ਵਾਲਾ ਸੁਣਾ ਰਹੀ ਸੀ ਕਿਉਂਕਿ ਸਾਰੀ ਮਹਿਫਿਲ ਜੀ ਲੱਗੀ ਹੋਈ ਸੀ ਜਿੱਦਾਂ ਆਰਟਿਸਟ ਇਕੱਠੇ ਹੁੰਦੇ ਚਾਰ ਤੁਹਾਨੂੰ ਪਤਾ ਮਹਿਫਲਾਂ ਲੱਗ ਜਾਂਦੀਆਂ ਤੇ ਜਦੋਂ ਮੈਂ ਹਰਿਆਣਵੀ ਗਾਣਾ ਕਵਿਤਾ ਜੀ ਦੇ ਸਾਹਮਣੇ ਸੁਣਾਇਆ ਤੇ ਮੈਂ ਥੋੜੀ ਜਿਹੀ ਝੇਪ ਰਹੀ ਸੀ ਮੈਂ ਕਿਹਾ ਹਾਏ ਕੋਈ ਵਰਡ ਗਲਤ ਨਾ ਹੋ ਜਾਏ ਕਿਉਂਕਿ ਇਹ ਤੇ ਬਹੁਤ ਖੂਬਸੂਰਤ ਹਰਿਆਣਵੀ ਬੋਲਦੇ ਆ ਉਹਨਾਂ ਨੇ ਮੈਨੂੰ ਕਹਿੰਦੇ ਕਿ ਹੋ ਗਿਆ ਕਹਿੰਦੇ ਸ਼ੁਕਰ ਹੈ ਕਿ ਮੇਰੇ ਤੋਂ ਪਹਿਲਾਂ ਚੰਦਰਮੁਖੀ ਚਟਾਲਾ ਵਾਲਾ ਰੋਲ ਤੈਨੂੰ ਨਹੀਂ ਮਿਲ ਗਿਆ ਨਹੀਂ ਤਾਂ ਮੇਰਾ ਰੋਲ ਗਿਆ ਸੀ ਕਿਉਂਕਿ ਤੂੰ ਮੇਰੇ ਤੋਂ ਜ਼ਿਆਦਾ ਪਰਫੈਕਟ ਹਰਿਆਣਵੀ ਬੋਲ ਰਹੀ ਹੈ ਤੇ ਮੈਨੂੰ ਸਿਖਾਉਣੀ ਪੈਂਦੀ ਸੀ ਤੈਨੂੰ ਸਿਖਾਉਣੀ ਨਹੀਂ ਪਈ ਸੋ ਇਟ ਵਾਸ ਅ ਕੰਪਲੀਮੈਂਟ ਫਾਰ ਮੀ ਔਰ ਉਹਨਾਂ ਦੇ ਨਾਲ ਵੀ ਸਕਰੀਨ ਸ਼ੇਅਰ ਕਰਨਾ ਇਜ਼ ਅ ਬਿਗ ਥਿੰਗ ਔਰ ਸ਼ੀ ਇਜ਼ ਆਲਸੋ ਵੈਰੀ ਬਿਗ ਨੇਮ ਬੜਾ ਨਾਮ ਕਮਾਇਆ ਕਵਿਤਾ ਕੌਸ਼ਿਕ ਜੀ ਨੇ ਤੇ ਅੱਛਾ ਹੁਣ ਜਿਹੜੀ ਅਹਿਮ ਚੀਜ਼ ਹੈਗੀ ਹੈ ਪ੍ਰੀਤੋ ਜੀ ਹੁਣ ਤੁਸੀਂ ਅਗਰ ਟਾਈਮ ਦੀ ਅਗਰ ਗੱਲ ਕਰੀਏ ਤੁਹਾਡੇ ਪ੍ਰੋਫਾਈਲ ਬਹੁਤ ਰਹੇ ਤੁਸੀਂ ਮਤਲਬ ਆਪਣੇ ਆਪ ਨੂੰ ਆਪਣੇ ਟੈਲੈਂਟ ਨੂੰ ਆਪਣੇ ਆਰਟ ਨੂੰ ਹਰ ਜਗ੍ਹਾ ਦੇ ਉੱਤੇ ਬਾਖੂਬੀ ਨਿਭਾਇਆ ਤੇ ਆਪਣੇ ਆਪ ਨੂੰ ਪ੍ਰੂਵ ਕੀਤਾ ਤੇ ਦਰਸ਼ਕਾਂ ਨੇ ਵੀ ਉਸ ਨੂੰ ਐਪਰੀਸ਼ੀਏਟ ਕੀਤਾ ਤੁਹਾਨੂੰ ਸਿਰ ਮੱਥੇ ਰੱਖਿਆ ਤੇ ਹੁਣ ਜਦੋਂ ਐਕਟਿੰਗ ਦੀ ਗੱਲ ਹੁੰਦੀ ਹੈ ਤਾਂ ਐਕਟਿੰਗ ਤੁਹਾਡੇ ਹਿਸਾਬ ਦੇ ਨਾਲ ਕੀ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਐਕਟਿੰਗ ਜਿਹੜੀ ਹੈ ਬਾਕੀਆਂ ਨਾਲੋਂ ਹਟ ਕੇ ਕੀ ਨੇ ਪਹਿਲੀ ਗੱਲ ਤੇ ਮੈਨੂੰ ਲੱਗਦਾ ਮੈਂ ਹਲੇ ਵੀ ਸਿੱਖ ਹੀ ਰਹੀ ਹਾਂ ਹੈਨਾ ਵੀ ਆਰ ਆਲਵੇਜ਼ ਅ ਲਰਨਰ ਟਿਲ ਦਾ ਐਂਡ ਆਫ ਦਿਸ ਲਾਈਫ ਔਰ ਐਕਟਿੰਗ ਮੈਨੂੰ ਪਤਾ ਨਹੀਂ ਲੱਗਦਾ ਮੈਨੂੰ ਜਦੋਂ ਮੇਰੇ ਕੋਲ ਰੋਲਸ ਆਫਰ ਹੁੰਦੇ ਨੇ ਮੈਨੂੰ ਜਦੋਂ ਕਿ ਪ੍ਰੀਤੋ ਟੌਪ 10 ਜਿਸ ਟਾਈਮ ਮੈਂ ਸ਼ੋਅ ਕੀਤਾ ਸੀ ਉਹ ਐਕਟਿੰਗ ਦੇ ਨਾਲ ਸੰਬੰਧਿਤ ਸ਼ੋਅ ਸੀਗਾ ਤੇ ਕਾਫੀ ਮੰਨੇ ਹੋਏ ਨਾਮ ਮੈਂ ਨਾਮ ਨਹੀਂ ਲੈਣਾ ਚਾਹੁੰਦੀ ਬਹੁਤ ਨਾਮਵਰ ਲੋਕ ਸੀਗੇ ਜਿਨ੍ਹਾਂ ਨੇ ਉਸ ਸ਼ੋਅ ਨੂੰ ਮਨਾ ਕਰ ਦਿੱਤਾ ਕਿਉਂਕਿ ਉਹ ਇੱਕ ਦੇਸੀ ਕਰੈਕਟਰ ਸੀ ਤੇ ਉਹ ਕਹਿੰਦੇ ਸੀ ਕਿ ਦੇਸੀ ਜਿਹਾ ਕੁਝ ਕਰਕੇ ਅਸੀਂ ਸਾਡੀ ਉਦਾਂ ਦੀ ਰੈਪੋ ਬਣ ਜਾਂਦੀ ਹੈ ਲੋਕ ਤੁਹਾਨੂੰ ਨਹੀਂ ਪਸੰਦ ਕਰਦੇ ਬਾਅਦ ਚ ਲੇਕਿਨ ਮੇਰਾ ਮੈਂ ਭਾਲ ਰਹੀ ਸੀ ਕਿ ਮੈਨੂੰ ਕੁਝ ਲੁੱਕ ਏਦਾਂ ਦਾ ਮਿਲੇ ਜੋ ਦੇਸੀ ਹੋਏ ਬਹੁਤ ਜ਼ਿਆਦਾ ਰੋ ਜਿਹਾ ਹੋਏ ਤੇ ਪ੍ਰੀਤੋ ਟੌਪ 10 ਸ਼ੋਅ ਆਪਣੇ ਜਦੋਂ ਟੀਜ਼ਰਸ ਆਏ ਸੀ ਉਹਦੇ ਵਿੱਚ ਹੀ ਹਿੱਟ ਹੋ ਗਿਆ ਸੀ ਐਪੀਸੋਡ ਤਾਂ ਬਹੁਤ ਦੂਰ ਦੀ ਗੱਲ ਸੀ ਹਲੇ ਪ੍ਰੋਮੋਸ ਦੇ ਵਿੱਚ ਹੀ ਹਿੱਟ ਹੋ ਗਿਆ ਸੀ ਕਿਉਂਕਿ ਅਸੀਂ ਮਿਸ ਪੀਟੀ ਸੀ ਪੰਜਾਬੀ ਦੇ ਜਦੋਂ ਆਡੀਸ਼ਨਸ ਲੈ ਰਹੇ ਸੀਗੇ ਤੇ ਕੁੜੀਆਂ ਨੇ ਉਹ ਐਕਟ ਕੀਤਾ ਪ੍ਰੀਤੋ ਵਾਂਗੂ ਐਕਟ ਕੀਤਾ ਸੋ ਉਧਰੋਂ ਮੈਨੂੰ ਵੀ ਪਤਾ ਲੱਗਿਆ ਕਿ ਮੈਨੂੰ ਐਕਟਿੰਗ ਵੀ ਆਉਂਦੀ ਹੈ ਮੈਂ ਤੇ ਵੈਸੇ ਮਜ਼ੇ ਮਜ਼ੇ ਚੋਂ ਪ੍ਰੋਗਰਾਮ ਕਰ ਆਈ ਔਰ ਮੈਨੂੰ ਅੱਜ ਤੱਕ ਨਹੀਂ ਲੱਗਦਾ ਮੈਨੂੰ ਪਤਾ ਹੀ ਨਹੀਂ ਕਿ ਮੈਨੂੰ ਐਕਟਿੰਗ ਆਉਂਦੀ ਹੈ ਮੈਨੂੰ ਨਹੀਂ ਪਤਾ ਇੱਕ ਲਾਸਟ ਗੱਲ ਹੈਗੀ ਹੈ ਜਿਹੜੀ ਮੈਂ ਅਹਿਮ ਸਮਝਦਾ ਤੁਸੀਂ ਕੈਰੈਕਟਰਸ ਜਦੋਂ ਐਕਟਿੰਗ ਲਈ ਚੂਜ਼ ਕਰਦੇ ਹੋ ਤਾਂ ਚੂਜ਼ ਹੀ ਰਹਿੰਦੇ ਹੋ ਜਾਂ ਫਿਰ ਸਟੋਰੀ ਦੇਖਦੇ ਹੋ ਜਾਂ ਕੈਰੈਕਟਰ ਦੇਖਦੇ ਹੋ ਕੀ ਦੇਖਦੇ ਹੋ ਬੇਸਿਕਲੀ ਆਈ ਐਮ
ਮੇਨ ਗੱਲ ਇਹ ਹੁੰਦੀ ਕਿ ਤੁਸੀਂ ਟਲਦੇ ਕਿੱਦਾਂ ਉਸ ਕਰੈਕਟਰ ਦੇ ਅੰਦਰ, ਜਿਵੇਂ ਇੱਕ ਏਜ ਆਉਣੀ ਹੈ ਸਾਨੂੰ ਮਾਵਾਂ ਦੇ ਰੋਲ ਵੀ ਆਉਣੇ ਆ, ਹਨਾ, ਉਹ ਵੀ ਅਸੀਂ ਕਰਨੇ ਜਦੋਂ ਸਾਡੇ ਵਾਲ ਇੱਥੇ ਚਿੱਟੇ ਕੀਤੇ ਜਾਣਗੇ ਜੇ ਨਾ ਆਏ ਤੇ। ਮੈਂ ਜਿੱਥੇ ਤੱਕ ਤੁਹਾਡੇ ਨਾਲ ਗੱਲ ਕਰਕੇ ਦੇਖਿਆ, ਮੈਨੂੰ ਇਹ ਲੱਗਿਆ ਕਿ ਪ੍ਰੀਤੋ ਜੋ ਹੈ ਉਹ ਬਹੁਤ ਪ੍ਰੈਕਟੀਕਲ ਹੈ ਤੇ ਲਾਈਫ ਦੀ ਸੱਚਾਈਆਂ ਤੋਂ ਪਰੇ ਨਹੀਂ ਹਟਦੀ, ਐਂਡ ਦਿਸ ਇਜ਼ ਅਮੇਜ਼ਿੰਗ। ਸ਼ਾਇਦ ਇਹੀ ਯੂਨੀਕਨੈਸ ਹੈ ਜਿਹੜੀ ਤੁਹਾਨੂੰ ਹੁਣ ਤੱਕ ਲੀਡ ਕਰ ਰਹੀ ਹੈ, ਕਿਉਂਕਿ ਯੂਨੀਕ ਹੋਣਾ ਜਿਹੜਾ ਹੈਗਾ ਔਰ ਉਸਨੂੰ ਫਾਈਂਡ ਆਊਟ ਕਰਕੇ ਪ੍ਰੈਜੈਂਟ ਕਰਨਾ ਜਿਹੜਾ ਯੂਨੀਕਨੈਸ ਨੂੰ ਆਪਣੇ ਨੂੰ, ਉਹੀ ਤੁਹਾਡੇ ਵੱਲ ਜਿਹੜਾ ਖਿਚਾਵ ਦਾ ਕੇਂਦਰ ਬਣਦਾ। ਐਂਡ ਥੈਂਕ ਯੂ ਸੋ ਮਚ, ਤੁਸੀਂ ਆਏ ਹੋ ਅੱਜ, ਸਾਨੂੰ ਬਹੁਤ ਜ਼ਿਆਦਾ ਅੱਛਾ ਲੱਗਿਆ। ਵੀ ਆਰ ਬਲੈਸਡ। ਮੁਕਾਬਲਾ ਕੀ ਹੈ, ਮੈਂ ਤੁਹਾਨੂੰ ਵੀ ਦੱਸਣਾ ਚਾਹੁੰਦਾ ਕਿ ਆਪਾਂ ਅੱਜ ਜੋ ਵੀ ਹੈਗੇ ਆ ਉਹ ਇਹਨਾਂ ਨੂੰ ਦੇਖ ਦੇਖ ਕੇ ਸਿੱਖੇ, ਇਹਨਾਂ ਵਰਗੇ ਹੋਰ ਵੀ ਜਿਹੜੇ ਕਲਾਕਾਰ ਨੇ ਉਹਨਾਂ ਨੂੰ ਦੇਖ ਕੇ ਸਿੱਖੇ। ਥੈਂਕ ਯੂ ਸੋ ਮਚ ਜੀ, ਤੇ ਆਪਾਂ ਫਿਰ ਅਗਲੇ ਐਪੀਸੋਡ 'ਚ ਮਿਲਦੇ, ਜਦ ਤੱਕ ਲਈ ਟੇਕ ਕੇਅਰ, ਬਾਏ ਬਾਏ। We'll be right back.